ਠੰਡ ਵਾਲੀ ਆ, ਚੋਟੀ ਦੀ ਜਾਫ ਲੈਣਾ, ਚੋਟੀ ਦਾ ਰੇਡਰ ਅੱਜ ਦੀਨੇ ਵਾਲ ਕਹਿੰਦੇ ਕਬੱਡੀ ਦਾ ਸਿਖਰ ਹੋ ਰਿਹਾ। ਸਰਦਾਰ ਤਰਲੋਚਨ ਸਿੰਘ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਦੇ ਪਿੰਡ ਕਹਿੰਦੇ ਕਬੱਡੀ ਦੇ ਸੁਪਰ ਸਟਾਰ। ਬੱਗੇ ਵਾਲਾ ਕਹਿੰਦੇ ਉਹ ਵੇਖੋ ਮੱਚਦਾ ਅੰਗਿਆਰ ਉੱਡੂ ਉੱਡੂ ਕਰਦਾ, ਦੂਸਰੇ ਪਾਸੇ ਗਗਨ ਸੂਰੇ ਵਾਲੀਆ ਹਾਇਓ ਮੇਰੇ ਰੱਬਾ ਉੱਤੇ ਥੱਲੇ ਪੂਰੀ ਬੱਲੇ 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 ਵਾਹ ਗਗਨ। ਇਹ ਆ ਸੂਰੇ ਵਾਲੀ ਆ ਗਗਨ, ਜਿਹਨੇ ਕਹਿੰਦੇ ਅੰਬਰੋ ਧਾਰਾ ਸੂਰੇ ਵਾਲੀ ਗਗਨ ਨੇ ਕਹਿੰਦੇ ਤਕੜਾ ਜਫਾ ਲਾਤਾ ਉਧਰ ਹਣੀ ਯੂਕੇ ਬਲਰਾਜ ਯੂਕੇ ਪੰਡੇ ਮਾਨ ਦੇ ਕੇ ਬਹੁਤ ਬਹੁਤ ਧੰਨਵਾਦ। ਇਧਰਲੇ ਪਾਸੇ ਕਹਿੰਦੇ ਉਹ ਦੂਜਾ ਫਿੱਡੂਆ ਕਹਿੰਦੇ ਅੰਬਾ ਅੰਬੇ ਦੀ ਟੱਕਰ ਕਹਿੰਦੇ ਉਹ ਉਹ ਘਾਂਗੇ ਵਾਲੇ ਦੇ ਨਾਲ ਉਹ ਘਾਂਗੇ ਵਾਲੇ ਦੇ ਨਾਲ ਵੱਡੀ ਟੱਕਰ ਕਹਿੰਦੇ ਮੋਟੇ ਮੋਟੇ ਪੱਟ ਮੁੰਡੇ ਦੇ ਸਰੀਰ ਬਾਹਲਾ ਹੀ ਹੱਟੀ ਦਾ ਆਲਰਾਊਂਡਰ ਖੇਡੇ ਅੰਬਾ ਬਾਜੂ ਦਾ ਚੇਲਾ ਕਹਿੰਦੇ ਧਾਵੀ ਚੋਟੀ ਦਾ। ਹਾਂਜੀ ਅਗਲੀ ਗੱਲ ਕਰੇ ਇਹ ਆ ਰਕੇਸ਼ ਹਰਿਆਣੇ ਵਾਲਾ ਬੋਪੁਰੀ ਆ ਮੇਰੇ ਮਿੱਤਰੋ, ਇਹ ਵੀ ਯੂਰਪ ਦੀਆਂ ਗਰਾਊਂਡਾਂ ਦਾ ਸ਼ਿੰਗਾਰ ਬਣਿਆ। ਦੇਖੋ ਮੁੰਡੇ ਦੀ ਉਮਰ ਛੋਟੀ ਹੈ ਪਰ ਜਿਗਰਾ ਮੇਰੇ ਵੀਰੋ ਪਹਾੜ ਜਿੱਡਾ ਹੈ, ਫੁਰਤੀ ਦੇਖਣ ਵਾਲੀ ਹੈ। ਦੇਖੋ ਮੁੰਡੇ ਦੀ ਭਾਜ ਤੇ ਜਾਫੀ ਵੀ ਕਹਿੰਦੇ ਬਰਾਬਰ ਦਾ, ਜਦੋਂ ਬਰਾਬਰ ਦੀ ਬਰਾਬਰ ਨਾਲ ਟੱਕਰ ਹੁੰਦੀ ਹੈ ਤੇ ਸਵਾਰ ਵੱਖਰਾ। ਰਕੇਸ਼ ਜੋੜ ਗਿਆ ਨੰਬਰ, ਲੈ ਵੀ ਵੀਰ ਹਰਦੀਪ ਗਪਾਲਿਆ ਆ ਸੁਣਿਆ ਆਪਣੇ ਨਾਨਕੇ ਪਿੰਡ ਖੇਡਣ ਆਇਆ ਹੈ। ਇਹ ਆ ਨੌਜਵਾਨ ਨਿੱਕਾ ਨਦੌਰ ਦੀ ਧਰਤੀ ਦਾ। ਲੈ ਪਾਸੇ ਰਾਣਾ ਯੂਕੇ ਬਲਜਿੰਦਰ ਢਿੱਲੋ ਯੂਕੇ ਵਾਲੇ ਭਰਾ ਆ ਗਏ ਅੱਜ ਕਹਿੰਦੇ ਗੱਡਾ ਨੋਟਾਂ ਦਾ ਉਹ ਲੱਦ ਕੇ ਲੈ ਆ ਭਰਾ, ਕਹਿੰਦੇ ਗੱਡਾ ਨੋਟਾਂ ਦਾ ਲੱਦ ਕੇ ਲੈ ਆ। ਗੁਰਵਿੰਦਰ ਵਾਓ ਗੱਭਰੂਆ ਇਹ ਮੂਹਰੇ ਹੋ ਕੇ ਉਹ ਘੇਰ ਘੇਰ ਕੇ ਜੱਫੇ ਲਾਉਂਦਾ ਹੈ। ਇਹ ਆ ਮੇਰੇ ਮਿੱਤਰੋ ਗੁਰਵਿੰਦਰ ਘਾਂਗੇ ਵਾਲਾ ਅੱਜ ਦੇ ਟਾਈਮ ਦਾ ਟੌਪ ਦਾ ਹੈ। ਤੇ ਆਹ ਹੈ ਮੇਰੇ ਮਿੱਤਰੋ ਸੁਰ ਸਿੰਘ ਦੀ ਧਰਤੀ ਦਾ ਭੀਮ, ਇੱਕ ਪਾਸੇ ਕਹਿੰਦੇ ਅੰਬਾ ਰੇਡਾ ਪਾ ਰਿਹਾ ਹੈ ਤੇ ਦੂਸਰੇ ਪਾਸੇ ਭੀਮ ਰੇਡਾ ਪਾ ਰਿਹਾ, ਦੋਵੇਂ ਇੱਕੋ ਪਿੰਡ ਦੇ ਮੁੰਡੇ ਆਮੋ ਸਾਹਮਣੇ ਹੈ। ਇਹਨੇ ਅੱਜ ਪੱਕਿਆਂ ਵਾਲਾ ਦੁੱਲਾ ਡੱਕਿਆ ਹੈ, ਇਹਨੂੰ ਦੁਨੀਆ ਗਗਨ ਸੂਰੇ ਵਾਲੀ ਆਖਦੀ ਹੈ। 6.5 ਫੁੱਟ ਕੱਦ ਹੈ ਉਹ ਸਾਹਮਣੇ ਪਾਸੇ ਗਗਨ ਨੇ ਕਮਾਲ ਕਰ ਦਿੱਤੀ ਮੇਰੇ ਮਿੱਤਰੋ, ਸਵਾਦ ਵੱਖਰਾ ਸੂਰੇ ਵਾਲੀ ਗਗਨ ਦਾ ਤਗੜਾ ਜਫਾ। ਅਗਲੀ ਕਬੱਡੀ ਰਵੀ ਦੀ, ਲੈ ਗਪਾਲਿਆ ਨਾਲ ਰਵੀ ਕਹਿੰਦੇ ਖੇਡ ਗਰਾਊਂਡ ਵਿੱਚ ਕਬੱਡੀ ਪਾਉਣ ਨੂੰ ਅੱਗੇ ਵਧਿਆ ਹੋਇਆ ਐਨ ਜਾਫੀ ਚਾਰ ਸਰਹਾਲਾ ਰਣਵਾ ਦੀ ਖੇਡ ਕਲੱਬ। ਇਹ ਕਹਿੰਦੇ ਸੇਵਾ ਸਿੰਘ ਜੀ ਰਾਣੇ ਦੀ ਖੇਡ ਕਲੱਬ ਗੱਲਾਂ ਕਹਿੰਦੇ ਉਹ ਪਾਲੀ ਦੀਆਂ ਹੁੰਦੀਆਂ ਪਰ ਇਧਰਲੇ ਪਾਸੇ ਕਹਿੰਦੇ ਉਹੀ ਗੱਲ ਉਹੀ ਗੱਲ ਪਰ ਦੇਖਾਂਗੇ ਪੁਆਇੰਟ ਰੇਡਰ ਦਾ ਅਗਲੀ ਰੇਡ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਮੁੰਡਾ ਤਿਆਰ ਬਰ ਤਿਆਰ ਹੈ, ਗੱਭਰੂ ਤਿਆਰ ਬਰ ਤਿਆਰ ਹੈ। ਨਵਜੋਤ ਸਿੰਘ ਹਰਜੋਤ ਪੰਡਾਲਾ ਦੀ ਧਰਤੀ ਦਾ ਮੇਰੇ ਮਿੱਤਰੋ, ਕੈਨੇਡਾ ਦਾ ਪੱਕਾ ਵਸਨੀਕ ਹੈ। ਸਰਹਾਲਾ ਰਣੂਆ ਦੀ ਟੀਮ ਵੱਲੋਂ ਕਹਿੰਦੇ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੈ, ਉਡੂ ਉਡੂ ਕਰਦੀ ਜਵਾਨੀ ਫੁਰਤੀ ਹੈ ਲੋਹੜੇ ਦੀ, ਹੱਥ ਲਾ ਕੇ ਭੱਜੇ ਜਿਵੇਂ ਕੋਈ ਬਾਪ ਰੋਲੇ ਦੀ। ਇੱਕ ਗੁਰਜੀ ਵਾਲਾ ਆ ਗਿਆ, ਇਹ ਆ ਦੀਪ ਦੁਨੀਆ ਐਕਸ਼ਨਾਂ ਵਾਲਾ ਐਕਸ਼ਨਾਂ ਵਾਲੀ ਮਸ਼ੀਨ ਆਖਦੀ ਹੈ ਮੁੰਡੇ ਨੂੰ ਸਰਦਾਰ ਲਖਵਿੰਦਰ ਸਿੰਘ ਮਾਹਲ, ਜੋ ਦੇਸ਼ ਦੇ ਮੇਰੇ ਵੀਰੇ ਰਖਵਾਲੇ ਹੋਏ ਹੈ, ਫੌਜੀ ਸਾਹਿਬ ਹੋਏ ਹੈ, ਉਹਨਾਂ ਦਾ ਬੇਟਾ ਕਬੱਡੀ ਫਾ ਰਿਹਾ ਹੈ। ਤੇ ਦੂਸਰੇ ਪਾਸੇ ਫੈਸਲਾ ਰੈਫਰੀ ਸਾਹਿਬ ਦਾ ਹੋਵੇਗਾ ਮੇਰੇ ਮਿੱਤਰੋ, ਰੈਫਰੀ ਸਾਹਿਬ ਦਾ ਕੀ ਫੈਸਲਾ ਹੈ ਨੰਬਰ, ਰੈਫਰੀ ਸਾਹਿਬ ਤੁਸੀਂ ਫੈਸਲਾ ਕਰ ਦਿਓ ਕਿ ਪੁਆਇੰਟ ਕਿੱਧਰ ਨੇ। ਲਓ ਇੱਕ ਵੱਡਾ ਐਲਾਨ ਹੋ ਗਿਆ, 69 ਜੋੜ ਦੀਆਂ ਦੋ ਕਬੱਡੀਆਂ, ਸਰਦਾਰ ਤਰਲੋਚਨ ਸਿੰਘ ਜੀ ਤੋਚੀ ਇੰਗਲੈਂਡ ਵਾਲੇ ਕਹਿੰਦੇ 2000 ਦੀਆਂ, ਲੈ ਵੀ 69 ਜੋੜ ਪਾ ਕਬੱਡੀ, ਜੇ ਜੱਫਾ ਲੱਗ ਗਿਆ ਤੇ ਕਹਿੰਦੇ ਜਾਫੀ ਨੂੰ ਦਿਆਂਗੇ, ਜੇ ਜੱਫਾ ਲੱਗ ਗਿਆ ਤੇ ਜਿਹੜਾ
ਜਿਹੜਾ ਪਹਿਲਾ ਪੁਆਇੰਟ ਆ ਉਹ ਮੇਰੇ ਮਿੱਤਰੋਂ ਦੀਪ ਨੂੰ ਦਿੱਤਾ ਗਿਆ। ਨੰਬਰ ਸੁਰ ਸਿੰਘ ਬੈਂਕੇਰੀ ਟੀਮ ਦੇ ਖਾਤੇ ਜੁੜ ਚੁੱਕਿਆ। ਨਾਟ ਝੋੜ ਚੱਲਿਆ ਮੇਰੇ ਮਿੱਤਰੋ, 2000 ਦੀ ਪਹਿਲੀ ਕਬੱਡੀ ਸਰਦਾਰ ਤਰਲੋਚਨ ਸਿੰਘ ਜੀ, ਜਿਹਨਾਂ ਨੂੰ ਪਿਆਰ ਦੇ ਨਾਲ ਤੋਚੀ ਗਿੱਲ ਜੀ ਆਖਦੇ ਆ, ਦੀਨਿਆਲ ਦੀ ਵੱਡੀ ਸ਼ਖਸੀਅਤ ਹੈ, ਉਹਨਾਂ ਵੱਲੋਂ ਕਹਿੰਦੇ 2000 ਲੱਗਾ ਹੋਇਆ ਹੈ। ਇਹ ਹੈ ਮੇਰੇ ਮਿੱਤਰੋ ਛੋਟਾ ਨਾਟ ਝੋੜ। ਨੂਰਪ੍ਰੀਆ ਮੇਰੇ ਮਿੱਤਰੋ ਕਰਦਾ ਰੇਡ ਪਾ ਰਿਹਾ ਤੇ ਦੂਸਰੇ ਪਾਸੇ ਜਾਫੀ ਕਰਦਾ ਟਰਾਈ ਤੇ ਨੰਬਰ ਦੂਜੇ ਪਾਸੇ ਗਗਨਦੀਪ ਤੇ ਤਰਨਦੀਪ ਯੂਕੇ ਤੋਂ ਸਾਡੇ ਬਲਰਾਜ ਭਾਜੀ ਦੇ ਬੜੇ ਪਿਆਰੇ ਮਿੱਤਰ ਨੇ ਰਾਣਾ ਸਾਡਾ ਵੀਰਾ ਯੂਕੇ। ਇਧਰਲੇ ਪਾਸੇ ਅੰਬੇ ਦੀ ਕਬੱਡੀ ਆ ਮੇਰੇ ਵੀਰੋ, ਲਓ ਅੰਬੇ ਦੀ ਕਬੱਡੀ, ਇੱਕੋ ਹੀ ਕਬੱਡੀ ਅੰਬੇ ਦੀ, 1000 ਦੀ। ਸਰਦਾਰ ਤਰਲੋਚਨ ਸਿੰਘ ਜੀ ਤੋਚੀ, ਇੰਗਲੈਂਡ ਵਾਲੇ ਕਹਿੰਦੇ ਆ ਇਹ ਦੇ ਦਈਏ ਜਰਮਨੀ ਜਾਫੀ ਨੂੰ, ਦੇ ਦਈਏ 1000 ਰੁਪਇਆ, ਦੇ ਦਈਏ ਜਾਫੀ ਦੇ ਦਈਏ ਜਾਫੀ, ਪੈਸੇ ਆਪੇ ਲੈ ਲਓ ਬਾਈ ਜੀ। ਜਾਫੀ ਪਿੰਦੂ ਸਿੰਚੇ ਵਾਲੀ ਆ ਸੀ ਮੇਰੇ ਵੀਰੋ, ਸਿੰਚੇ ਵਾਲੀ ਹੈ। ਪਿੰਦੂ ਪਿੰਦੂ ਨੇ ਕਿਹੜੇ ਕਮਾਲ ਦਾ ਜਫਾ ਲਾਇਆ ਹੈ, ਸਿਰੇ ਦਾ ਰੇਡ ਡੱਕ ਕੇ ਦਿਖਾਇਆ ਮੇਰੇ ਮਿੱਤਰੋ। ਉਧਰ ਸੋਢੀ ਸਾਉਂਡ ਹੈ, ਨੰਬਰ 1 ਸਾਉਂਡ ਹੈ ਸਾਡੇ ਵੀਰ ਦੀ, ਸੋਢੀ ਸਾਉਂਡ ਦਾ ਧੰਨਵਾਦ ਹੈ। ਤਾਂ ਸਾਹਮਣੇ ਪਾਸੇ ਰਕੇਸ਼ ਬੋਪਰੀਆ ਕਬੱਡੀ ਪਾ ਰਿਹਾ ਤੇ ਦੂਸਰੇ ਪਾਸੇ ਸੂਰੇ ਵਾਲੀਆ ਗਗਨ ਮੇਰੇ ਮਿੱਤਰੋ ਕਰਦਾ ਪਿੱਛਾ। ਲਓ ਸੂਰੇ ਵਾਲੀਆ ਗਗਨ ਕਹਿੰਦੇ ਕਰਦਾ ਪਿੱਛਾ, ਐਨ ਕਹਿੰਦੇ ਵੱਡੀ ਗੱਲ ਆ, ਲੈ ਵੀ ਆ ਕਹਿੰਦੇ ਨਿੱਕੂ ਚੱਲਿਆ, ਨਿੱਕੂ ਦੀ ਕੋਈ ਕਬੱਡੀ ਰਾਣੇ ਬਾਈ ਵੱਲੋਂ 1000 ਦੀ ਤੇ ਰਮਨ ਸਿੱਧਵਾ ਭੈਣੀ ਵੱਲੋਂ 1000 ਹੋਰ ਪਾ ਦਈਏ, ਉਹ 2000 ਦੀ ਕਬੱਡੀ ਕੋਈ, ਉਹ 2000, ਉਹ 2000 ਲੈ ਲਿਆ ਨਿੱਕੂ, ਹਰਜੋਤ ਪੰਡਾਲ ਦੋਨੇ ਦੀ ਧਰਤੀ ਦਾ ਮੇਰੇ ਮਿੱਤਰੋ ਸਿੰਘ ਸਰਦਾਰ। ਦੂਸਰੇ ਪਾਸੇ ਜਾਫੀ ਕਰਦਾ ਟਰਾਈ, ਠਾਂਦੇ ਵਾਲੀ ਆ ਮੁੰਡਾ ਸ਼ੀਪਾ, ਟਾਪ ਦਾ ਜਾਫੀ ਹੈ, ਰਾਜੂ ਯੂਕੇ ਕਹਿੰਦਾ ਕਾਂਗੇ ਵਾਲੇ ਦਾ ਇੱਕੋ ਸਟਾਪ 1000 ਰੁਪਏ ਦਾ, ਲੈ ਵੀ ਉਹਨੂੰ ਦੇਣੀ ਜਾਫੀ ਨੂੰ। ਹੂਟਰ ਨੂੰ ਕੀ ਗੱਲ, ਹੂਟਰ ਕਿਉਂ ਨਹੀਂ ਵੱਜਾ, ਹੂਟਰ ਤੇ ਕੀ ਗੱਲ, ਤੁਹਾਡੀ ਕੀ ਪ੍ਰੋਬਲਮ ਆ ਰਹੀ ਹੈ। ਥੋੜਾ ਕਬੀਰ ਜੀ ਆ ਜਿਹੜੇ ਢੇਰੀਆਂ ਲਾਗੇ ਸੱਜਣਾ, ਢੇਰੀਆਂ ਲਾਗੇ ਸੱਜਣਾ ਥੋੜੇ ਪਿੱਛੇ। ਲਓ ਸਾਹਮਣੇ ਪਾਸੇ ਬੁਰਜ ਲੇਟਾਂ ਦੀ ਧਰਤੀ ਦਾ ਰਵੀ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ, ਬਾਹਾਂ ਖਿਲਾਰ ਦਿੱਤੀਆਂ ਨੇ, ਸੀਚੇ ਵਾਲੀ ਆ ਪਿੰਦੂ ਤਿਆਰ ਹੈ, ਗੁਰਵਿੰਦਰ ਦੀ ਦੁਨੀਆ ਦੀਵਾਨੀ ਆ ਸਿੰਘ ਸਰਦਾਰ ਦੀ। ਆ ਮੁੰਡੇ ਨੇ ਮੇਰੇ ਮਿੱਤਰੋ ਪਹਿਲਾਂ ਅੰਬੇ ਨੂੰ ਜੱਫਾ ਲਾਇਆ, ਹੁਣ ਬਰਦਾ ਟਰਾਈ ਪਿੰਦੂ ਸੀਚੇ ਵਾਲੀ ਆ ਤੇ ਆਉਂ ਜਾਂਦਾ ਰਵੀ ਬੁਰਜ ਲੇਟਾਂ ਵਾਲਾ। ਇੱਧਰ ਕੋਈ ਨਾ ਰੁਕੇ, ਰਵੀ ਬੁਰਜ ਲੇਟਾਂ ਵਾਲਾ ਕੋਈ ਗੱਲ ਨੀ, ਕੋਈ ਗੱਲ ਨੀ, ਆ ਚੱਲਿਆ ਭੀਮ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਮੇਰੇ ਵੀਰੋ। ਇਹ ਕਹਿੰਦੇ ਰਮਨ ਸਿੱਧਵਾ ਯੂਕੇ ਵਾਲੇ ਦਾ ਚੇਤਾ ਖਿਡਾਰੀ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਰੇਡ ਪਾਉਣ ਨੂੰ ਅੱਗੇ ਵਧਿਆ, 4 ਜਾਫੀ ਐਨ ਕਹਿੰਦੇ ਸੁਪਰ ਡੁਪਰ ਜਾਫੀ ਆ ਮੇਰੇ ਵੀਰੋ ਚੌਹਾਂ ਦੇ ਵਿੱਚੋਂ। ਆ 2 ਨੰਬਰ ਨਿਕਲੀ ਤੋਂ ਸਰਹਾਲੇ ਰਣਵਾ ਦੀ ਖੇਡ ਕਲੱਬ ਦੇ ਲਈ, ਉਹ ਤਕੜਾ ਖੇਡਦਾ ਸੇਵਾ ਸਿੰਘ ਰਾਣੇ ਦੀ ਖੇਡ ਕਲੱਬ ਦੇ ਲਈ ਕਹਿੰਦੇ ਵੱਡੇ ਜਫੇ ਭਰਦਾ ਮੇਰੇ ਵੀਰੋ, ਉਹ ਵੱਡੇ ਜਫੇ ਭਰਦਾ। ਇਹ ਚੱਲਿਆ ਦੀਪ ਦਬੁਰਜੀ ਵਾਲਾ ਤੇ ਦੀਪ ਦੀ ਕੋਈ ਰੇਡ, ਰਮਨ ਭੈਣੀ ਕਹਿੰਦਾ 1000 ਦੀ, 1000 ਦੀ ਇੱਕ ਰੇਟ ਰਮਨ ਭੈਣੀ ਵੱਲੋਂ। ਲਓ ਸਾਹਮਣੇ ਪਾਸੇ ਦਬੁਰਜੀ ਵਾਲੇ ਦੀ ਕਬੱਡੀ, ਫੈਸਲਾ
ਨੰਬਰ ਰੇਡਰ ਦਾ ਮੇਰੇ ਮਿੱਤਰੋ ਲੱਖਾਂ ਰਗਾ ਪੁਆਇੰਟ ਦੁਰਜੀ ਵਾਲਾ ਦੀਪ ਹੱਸਦਾ ਨੱਚਦਾ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਚੁੱਕਿਆ ਹੈ ਐਕਸ਼ਨਾਂ ਵਾਲੀ ਮਸ਼ੀਨ ਮੇਰੇ ਮਿੱਤਰੋ ਲਓ ਸਾਹਮਣੇ ਪਾਸੇ ਆ ਰੇਡ 1000 ਦੀ ਦੂਸਰੀ ਹੈ ਇਹ ਆ ਨੌਜਵਾਨ ਮੇਰੇ ਮਿੱਤਰੋ ਨੂਰ ਉਰੀਆ ਛੋਟਾ ਨਾਚ ਝੋਟ ਮੇਰੇ ਮਿੱਤਰੋ ਕਬੱਡੀ ਕਬੱਡੀ ਕਰਦਾ ਆ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਫੈਸਲਾ ਫੈਸਲਾ ਹਰਦੀਪ ਗਪਾਲਾ ਜੀ ਆ 1000 ਨਾਟ ਝੋਟ ਦੀਆਂ ਰੇਡਾਂ ਉੱਤੇ ਸਰਦਾਰ ਤਰਲੋਚਨ ਸਿੰਘ ਜੀ ਡਾਕਟਰ ਭੁੱਲਰ ਤੇ ਸਰਦਾਰ ਤਰਲੋਚਨ ਸਿੰਘ ਜੀ ਤੋਚੀ ਕਹਿੰਦੇ ਆ ਅੰਬੇ ਦੀ ਕੋਈ ਰੇਟ 1000 ਰੁਪਏ ਦੀ ਅੰਬੇ ਦੀ 1 ਕਰੋੜ 1000 ਰੁਪਏ ਦੀ ਅੱਜ ਰੋਟਾਂ ਦਾ ਗੱਡਾ ਲੱਦ ਕੇ ਖੜਨਾ ਇਹਨਾਂ ਖਿਡਾਰੀਆਂ ਨੇ ਆਹ ਖਿਡਾਰੀਆਂ ਨੇ ਕਹਿੰਦੇ ਟੋਰਨਾ ਪਰਖੀ ਯਾਰ ਦੀ ਉਹ ਦਿਲ ਕਰੇ ਤਾਂ ਤਖਤ ਹਿਲਾ ਦਿਆਂਗੇ ਤੈਨੂੰ ਜਿਹੜੀ ਭਾਸ਼ਾ ਚੰਗੀ ਲੱਗੀ ਉਸੇ ਨੂੰ ਸਮਝਾ ਦਿਆਂਗੇ ਉਹ ਰਾਣਾ ਜੂਕੇ ਕਹਿੰਦਾ 1000 ਰੁਪਇਆ ਕਾਂਗੇ ਵਾਲਿਆ 1000 ਰੁਪਇਆ ਕਬੱਡੀ ਦਾ ਸਟਾਰ ਹੈ ਤੇ ਆ ਕਬੱਡੀ ਦਾ ਮੇਰੇ ਮਿੱਤਰੋ ਧਰੂ ਤਾਰਾ ਕਬੱਡੀ ਦਾ ਮੱਚ ਦਾ ਅੰਗਿਆਰ ਬਲਵੀਰ ਸਿੰਘ ਦੁੱਲਾ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਆਪਣਾ 1000 ਰੁਪਇਆ ਫੜਨਾ ਯੂਕੇ ਵਾਲਿਆਂ ਤੋਂ ਅੰਬੇ ਦੀ ਰੇਟ ਤੇ ਲੱਗਾ ਸੀ ਲੋ ਇਧਰਲੇ ਪਾਸੇ ਕਹਿੰਦੇ ਪਈ ਹੋਈ ਰੇਡ ਆ ਸਰਹਾਲਾ ਰਲੂਆ ਇੱਕ ਪਾਸੇ ਕਹਿੰਦੇ ਸੁਰ ਸਿੰਘ ਇੱਕ ਪਾਸੇ ਮਾਝਾ ਇੱਕ ਪਾਸੇ ਕਹਿੰਦੇ ਆਹ ਸਰਹਾਲਾ ਰਲੂਆ ਇਧਰਲੇ ਪਾਸੇ ਆਓ ਸਮਾਂ ਟ੍ਰੇਡਰ ਦਾ ਨੰਬਰ ਜਾਫੀ ਦਾ ਮੇਰੇ ਮਿੱਤਰੋ ਸਮਾਂ ਬੀਤ ਗਿਆ ਨੰਬਰ ਥਾਂਦੇ ਵਾਲੀਏ ਚੀਪੇ ਨੇ ਜਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ ਨਦੋੜ ਵਾਲਾ ਨਿੱਕਾ ਮੇਰੇ ਮਿੱਤਰੋ ਨਾਨਕੇ ਪਿੰਡ ਆਇਆ ਹੈ ਨਦੋੜ ਦੀ ਧਰਤੀ ਦਾ ਨਿੱਕਾ ਉੱਡ ਉੱਡ ਕਰਦੀ ਜਵਾਨੀ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਚੁੱਕਿਆ ਹੈ ਚੱਲ ਵੀ ਰਕੇਸ਼ ਕੋਪਰੀਆ ਪਾ ਕਬੱਡੀ ਗਪਾਲਿਆ ਕਰ ਗੱਲ ਵੀ ਰਿਹਾ ਲਓ ਸਾਹਮਣੇ ਪਾਸੇ ਨੌਜਵਾਨ ਰਕੇਸ਼ ਕੋਪਰੀਆ ਪਾਉਂਦਾ ਆਇਆ ਕਬੱਡੀ ਦੇ ਪਾਸੇ ਸੇਮ ਟਾਈਮ ਯੂਕੇ ਵਾਲੇ ਭਰਾ ਸਾਡੇ ਜਰਮਨ ਜੀਤ ਬਾਗੜੀਆਂ ਤੇ ਲਓ ਕਾਲੂ ਮਨਸੂਰ ਦੇ ਬੋਲਾ ਟਰਾਈ ਕਰਦਾ ਪਰ ਦੇਖਾਂਗੇ ਪੁਆਇੰਟ ਰੇਡਰ ਦਾ ਇਧਰਲੇ ਪਾਸੇ ਸਾਡੇ ਸ਼ਾਨਸ਼ਾ ਜੀ ਯੂਕੇ ਵਾਲੇ ਤੇ ਸਾਡੇ ਯੱਸਾ ਸਿੰਘ ਜੀ ਯੂਕੇ ਬਾਗੜੀਆਂ ਵਾਲੇ ਜਰਮਨ ਜੀ ਤੇ ਯੂਕੇ ਤੋਂ ਆਏ ਆ ਬਹੁਤ ਵੱਡਾ ਮਾਣ ਸਤਿਕਾਰ ਪੰਜਾਬੀ ਬੋਲਾਂ ਵਾਸਤੇ ਪਹੁੰਚ ਰਿਹਾ ਕੀਤਾ ਹੈ ਜਰਮਨਜੀਤ ਬਾਗੜੀਆਂ ਵਾਲੇ ਸਾਡੇ ਵੀਰ ਇੰਗਲੈਂਡ ਤੋਂ ਆਏ ਹੈ ਕਹਿੰਦੇ ਕਿ ਅੰਬੇ ਦੀਆਂ ਦੋ ਰੇਟਾਂ 1000 ਦੀਆਂ ਪੈਣਗੀਆਂ ਸਾਡੇ ਵੱਲੋਂ ਲਓ ਸਾਹਮਣੇ ਪਾਸੇ ਹਰਜੋਤ ਦੀ ਕਬੱਡੀ ਉੱਤੇ ਵਾਓ ਗੱਭਰੂਆ ਹਰਜੋਤ ਪੰਡਾਲ ਦੂਸਰੇ ਪਾਸੇ ਮੇਰੇ ਵੀਰੇ ਬੂਰਾ ਇਸ ਵਕਤ ਕਰਦਾ ਟਰਾਈ ਉੱਤੇ ਥੱਲੇ ਪੂਰੀ ਬੱਲੇ ਬੱਲੇ ਨੰਬਰ ਰੇਡਰ ਦਾ ਤਬੁਰਜੀ ਵਾਲਾ ਤੇਜਪਾਲ ਸਿੰਘ ਜੀ ਹਾਂਗਕਾਂਗ ਕਹਿੰਦੇ ਦੀਪ ਜੀ ਦੋ ਕਬੱਡੀਆਂ ਆਹ 1500 ਦੀਆਂ ਆਹ 1500 ਦੀਆਂ ਸ਼ਹਿਨਸ਼ਾਹ ਬਾਈ ਯੂਕੇ ਵਾਲਾ ਕਹਿੰਦਾ 1000 ਮੇਰੇ ਲੋ 2502 ਇੱਕ ਪੈ ਗਈ ਇੱਕ ਬਾਕੀ ਆ ਹਾਸ਼ਿਲ ਕਰੀਏ ਜਰਮਨਜੀਤ ਜੀ ਜਿਹਨਾਂ ਦਾ ਬਾਗੜੀਆਂ ਪਿੰਡ ਹੈ ਬਿਲਕੁਲ ਲਾਗੇ ਜਰਮਨਜੀਤ ਯੂਕੇ ਵਾਲੇ ਕਹਿੰਦੇ ਦੀਪ ਦੀਆਂ ਅਗਲੀਆਂ ਦੋ ਰੇਟਾਂ
ਸਾਡੇ ਵੱਲੋਂ 1000 ਦੀਆਂ ਮੇਰੇ ਮਿੱਤਰੋ ਲਓ ਸਾਹਮਣੇ ਪਾਸੇ ਭਰਵੇਂ ਜੁੱਸੇ ਦਾ ਮਾਲਕ ਸਾਢੇ 6 ਫੁੱਟ ਕੱਦ ਹੋਵੇਗਾ ਮੁੰਡੇ ਦਾ 1.25 ਕੁਇੰਟਲ ਵਜ਼ਨ ਹੈ ਇਹ ਹੈ ਮੇਰੇ ਵੀਰੇ ਨੂਰਪ੍ਰੀਆ ਗਲਬੀਰ ਛੋਟਾ ਨਾਟ ਚੋਟ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਚੁੱਕਿਆ ਹੈ ਅਗਲੀ ਰੇਡ ਆ ਹੈ ਅੰਬਾ ਸਾਡੇ ਜਰਮਨ ਜੀਤ ਉਹਨਾਂ ਵੱਲੋਂ ਯੂਕੇ ਵਾਲੇ ਭਰਾਵਾਂ ਵੱਲੋਂ ਕਹਿੰਦੇ 1000 ਲੱਗਾ ਹੋਇਆ ਦੋ ਰੇਟਾਂ ਉੱਤੇ ਸੁਰ ਸਿੰਘ ਦੀ ਧਰਤੀ ਦਾ ਅੰਬਾ ਉਹ ਕਾਂਗੇ ਵਾਲਾ ਗੁਰਵਿੰਦਰ ਉਹ ਵੇਖੋ ਮੇਰੇ ਪੰਜਾਬੀ ਵੀਰੇ ਬੰਦੇ 'ਚ ਬੰਦਾ ਵੱਜਦਾ ਸਾਨਾ ਦੀ ਟੱਕਰ ਦੋ ਸਰਦਾਰ ਆਮੋ ਸਾਹਮਣੇ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਅੰਬਾ ਤੇ ਗੁਰਵਿੰਦਰ ਨੰਬਰ ਰੇਡਰ ਦਾ ਇਹ ਸੁਰ ਸਿੰਘ ਅੰਬਾ ਬਾਜੂ ਬੈਂਕੇ ਦਾ ਤਰਾਸਿਆ ਆਇਆ ਗੱਭਰੂ ਅਗਲੀ ਰੇਡ ਪੈਂਦੀ ਹੋਈ ਮੇਰੇ ਮਿੱਤਰੋ ਰਕੇਸ਼ ਦੀ ਲਓ ਸਾਹਮਣੇ ਪਾਸੇ ਰੇਡ ਪੈਂਦੀ ਹੈ ਉਧਰ ਕਹਿੰਦੇ ਸਾਡੇ ਵੀਰ ਕਿ ਦੁੱਲੇ ਬੱਗੇ ਵਾਲੇ ਦੀਆਂ ਦੋ ਰੇਡਾਂ 1000 ਦੀਆਂ ਜਰਮਨ ਜੀ ਤੇ ਯੂਕੇ ਵਾਲੇ ਭਰਾ ਉਹ ਕਹਿੰਦੇ ਦੁੱਲੇ ਦੀਆਂ ਦੋ ਰੇਡਾਂ 1000 ਦੀਆਂ ਹੈਲੋ ਇੱਕ ਮਿੰਟ ਵੀਰ ਹੈਲੋ ਆ ਰੀਪਲੇ ਕਿਹੜੇ ਪਲੇਅਰ ਦਾ ਹੀ ਮੈਨੂੰ ਦੱਸਿਆ ਜਾਵੇ ਰੀਪਲੇ ਕਿਹੜੇ ਪਹਿਲਵਾਨ ਪਲੇਅਰ ਦਾ ਵੇਖਣਾ ਸੀ ਉਹਦੇ ਬਾਰੇ ਦੱਸਿਆ ਜਾਵੇ ਰੈਫਰੀ ਸਾਹਿਬ ਆਪਣੇ ਇੱਧਰ ਕੀਵੀ ਯੂਕੇ ਹਰਮਨ ਯੂਕੇ ਪਵਨ ਭੁੱਲਰ ਹਸਨ ਕੰਗ ਤੇ ਸ਼ਾਨ ਯੂਕੇ ਕਹਿੰਦੇ ਲਾਈਵ ਤੱਕਣ ਦੇ ਭਰਾਵਾਂ ਦੇ ਛੋਟੇ ਛੋਟੇ ਬੱਚੇ ਪਰ ਇਧਰਲੇ ਪਾਸੇ ਨਿੱਕੂ ਨਦੌਰ ਵਾਲਾ ਕਹਿੰਦੇ ਤਕੜੇ ਪਿੰਡ ਦਾ ਵਾਧਾ ਕਰ ਗਿਆ ਇਧਰਲੇ ਪਾਸੇ ਖੇਡ ਗਰਾਊਂਡ ਦੇ ਵਿੱਚ ਕਬੱਡੀ ਪੈ ਚੁੱਕੀ ਆ ਆ ਗੁਰੂ ਦਾ ਖਾਲਸਾ ਕਹਿੰਦੇ ਵਧਿਆ ਹੋਇਆ ਰੇਡ ਪਾਉਣ ਲਈ ਇਹਨੂੰ ਹਰਜੋਤ ਸਿੰਘ ਕਹਿੰਦੇ ਆ ਚਾਰ ਜਾਫੀ ਸਰਹਾਲਾ ਰਣੂਆ ਦੇ ਲੈ ਪਿਛੇ ਵੀ ਕਰੀ ਗੱਲ ਲਓ ਸਾਹਮਣੇ ਪਾਸੇ ਸਰਹਾਲਾ ਰਣੂਆ ਦੇ ਤੇ ਜਾਫੀ ਮੇਰੇ ਪਿੱਤਰੋ ਕਮਾਲ ਕਰਦਾ ਹੋਇਆ ਇਹ ਆ ਗਗਨ ਸੂਰੇ ਵਾਲੀ ਆ ਉੱਚਾ ਲੰਮਾ ਗੱਭਰੂ ਕਮਾਲ ਕਰਦਾ ਹੋਇਆ ਕੈਂਚੀ ਲਾਉਂਦਾ ਹੋਇਆ ਔਰ ਰਾਹ ਬੰਦ ਕਰਤੇ ਮੁੰਡੇ ਨੇ ਲਾ ਤਕੜਾ ਜੱਫਾ ਦੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਹੈ ਉਧਰ ਸਾਡੇ ਵੀਰ ਪ੍ਰਿੰਸੀਪਲ ਨਵਤੇਜ ਸਿੰਘ ਜੀ ਸਾਬੀ ਵੀਰ ਜੀ ਮੈਂ ਧੰਨਵਾਦੀ ਜਰੂਰ ਆਪਾਂ ਸਾਥ ਦੇਣਾ ਸਾਡਾ ਵੀਰ ਦੂਰੋਂ ਪੁੱਜਿਆ ਮੈਂ ਧੰਨਵਾਦੀ ਹਾਂ ਉਧਰ ਜਰਮਨ ਜੀਤ ਯੂਕੇ ਵਾਲਾ ਵੀਰ ਕਹਿੰਦਾ ਕਿ ਦੁੱਲੇ ਦੀਆਂ ਅਗਲੀਆਂ ਦੋ ਰੇਡਾਂ 1000 ਦੀਆਂ ਤੇ ਨਾਲ ਮੇਰੇ ਮਿੱਤਰੋ ਅੰਬੇ ਦੀ ਇੱਕ ਰੇਡ ਪੁਆਇੰਟਾਂ ਦਾ ਲੋਕਾਂ ਜੋਖਾ ਦੱਸ ਦਈਏ ਸੁਰ ਸਿੰਘ ਬਾਜੂ ਦੀ ਟੀਮ ਦੇ ਪੁਆਇੰਟ ਨੇ 18 ਸਰਹਾਲਾ ਰਣੂਆ ਦੇ ਪੁਆਇੰਟ ਨੇ 11 ਅਜੇ ਤਾਂ ਤੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਅਜੇ ਤਾਂ ਬੋਲ ਜ਼ਬਾਨ ਵਿੱਚ ਹੈ ਕੁਝ ਵੀ ਹੋ ਸਕਦਾ ਬੋਲਡ ਵਾਲਾ ਨੰਬਰ ਸੀ ਉਹ ਨੰਬਰ ਨਾਟ ਝੋਟ ਨੂੰ ਛੋਟੇ ਨਾਟ ਝੋਟ ਦਾ ਜੀ ਜਿਹੜਾ ਨਾਟ ਝੋਟ ਵਾਲੀ ਰੇਟ ਤੇ ਹੋਲਡ ਨੰਬਰ ਸੀ ਨਾ ਉਹ ਵੀਰ ਜੀ ਜ਼ਰੂਰ ਚੈੱਕ ਕੀਤਾ ਜਾਵੇ ਜਿਹੜੇ ਵੀਰ ਟੈਕਨੀਕਲੀ ਵੀਰ ਆਪਣੀਆਂ ਸੇਵਾਵਾਂ ਦੇ ਰਿਹਾ ਹੈ 68 ਝੋਟ ਵਾਲੀ ਰੇਟ ਤੇ ਉਹ ਫੈਸਲਾ ਕਰਨਾ ਸੀ ਫੈਸਲਾ ਕਰ ਦਿੱਤਾ ਜਾਵੇ 14 ਹੈਲੋ ਖੋਜ ਕੀ ਵੱਡਾ ਕਬੱਡੀ ਕੱਪ ਹੋਵੇਗਾ 14 ਫਰਵਰੀ ਨੂੰ ਖੋਜ ਕੀ ਵੱਡਾ ਕਬੱਡੀ ਕੱਪ ਹੈ ਜਿੱਥੇ ਬੈਸਟਾਂ ਨੂੰ 41,000 ਇਨਾਮ ਹੋਵੇਗਾ ਤੇ 1,75,000 ਵਾਸਤੇ ਵੱਡੇ ਜਿਹੜਾ 68 ਝੋਟ ਵਾਲਾ ਨੰਬਰ ਹੈ ਉਹ ਵੇਖਿਆ ਜਾਵੇ ਜੀ 68 ਝੋਟ ਵਾਲੀ ਰੇਟ ਵੀਰ ਵੇਖ ਲੈ ਵੇਖ ਕੇ ਦੱਸ ਦਿੰਦੇ ਹੁਣੇ ਦੀਪ ਵਾਲਾ ਨੰਬਰ ਵੀ ਚੈੱਕ ਕਰ ਲਓ ਦੀਪ ਦੀ ਕਬੱਡੀ ਤੇ 1000 ਰੁਪਿਆ ਲੱਗਾ ਸੀ ਦੇ ਦਈਏ
ਦੀਪ ਦੀ ਕਬੱਡੀ ਤੇ ਕਿਸੇ ਭਰਾ ਨੇ ਬਹੁਤ ਤਕੜਾ ਹੈ, ਇੰਨਾ ਪੈਸਾ ਲਾਇਆ ਹੈ, ਟੱਕਰ ਸਿਰੇ ਦੀ ਹੈ, ਸਰਹਾਰਾ ਰਨੂ ਹੈ ਦੀ ਟੀਮ ਜਿਹੜੀ ਉਹ ਚੈੱਕ ਕਰ ਰਿਹਾ ਜੀ। ਨਾਟ ਵਾਲਾ ਵੀ ਨੰਬਰ ਚੈੱਕ ਕਰ ਲਓ, ਦੂਜਾ ਕਿਹੜਾ ਹੈ, ਦੂਜਾ ਵੀ ਦੱਸ ਦਿਓ, ਮੈਂ ਦੱਸ ਦੇਣਾ ਦੀਪ ਦਵੋਰ ਜੀ ਦਾ, ਦੋ ਨੰਬਰ ਚੈੱਕ ਕਰ ਲਓ ਜੀ, ਦੋ ਨੰਬਰ ਚੈੱਕ ਕਰ ਲਓ ਜਿਹੜੇ ਆ ਦੱਸ ਰਹੇ ਆ। ਇੱਧਰ ਮਾਤਾ ਜੀ ਆਈ ਹੈ ਜਿਨ੍ਹਾਂ ਦੇ ਦਿਲ ਤੇ ਫੇਫੜੇ ਖਰਾਬ ਹੈ, ਸੋ ਖਰਚਾ ਕਾਫੀ, ਇਹਨਾਂ ਦਾ ਜ਼ਰੂਰ ਮਾਣ ਕਰਨਾ ਜੀ। ਮਾਤਾ ਜੀ ਤੁਸੀਂ ਤੁਰੋ ਤੇ ਤੁਸੀਂ ਤੁਹਾਡਾ ਜ਼ਰੂਰ ਸੰਗਤ ਸਨਮਾਨ ਕਰੋਗੀ ਪਲੀਜ਼। ਆਪਾਂ ਮੈਚ ਵੀ ਕਰਾਉਣਾ, ਕਬੱਡੀ ਵੀ ਕਰਾਉਣੀ ਹੈ, ਜਿਨ੍ਹਾਂ ਦੀ ਡਿਊਟੀ ਨਹੀਂ, ਮੇਰੀ ਬੇਨਤੀ ਹੱਥ ਬੰਨ ਕੇ ਕਿਰਪਾ ਕਰਕੇ ਗਰਾਊਂਡ ਕਲੀਅਰ ਰੱਖੋ, ਦੋਨੋਂ ਟੀਮਾਂ ਸਿਰੇ ਦੀਆਂ। ਬੱਗਿਆਂ ਵਾਲੇ ਦੁੱਲੇ ਨੂੰ ਕੌਣ ਕੌਣ ਪਿਆਰ ਕਰਦਾ, ਕਿਹੜੀ ਤਾੜੀ ਮਾਰ ਕੇ ਦੱਸੋ ਜਰਾ। ਉਹ ਬੱਗਿਆਂ ਵਾਲਾ ਮੱਚਦਾ ਗਿਆਰ ਕਬੱਡੀ ਦਾ ਸਾਬੀ ਗਿੱਲ ਸਾਹਿਬ ਅੱਜ ਸਿਰਾ ਲੱਗ ਗਿਆ ਦੀਨੇ ਵਾਲੇ ਦੇ ਵਿੱਚ, ਤਹਿਲਕਾ ਮੱਚਿਆ ਹੋਇਆ। ਉਹ ਛੋਟਾ ਨਾਟ ਝੋਟ, ਇਸ ਤੋਂ ਅਗਲਾ ਜਿਹੜਾ ਮੈਚ ਹੋਣਾ ਸ਼ੋ ਮੈਚ, ਉਹ ਵੀ ਟੀਮਾਂ ਤਿਆਰ ਰਹਿਣ। ਲਓ ਸਾਹਮਣੇ ਇੱਕ ਪਾਸੇ ਕਹਿੰਦੇ ਟੀਮ ਸੁਰ ਸਿੰਘ ਦੀ, ਮੇਰੇ ਵੀਰ ਪਿੰਡ ਵਾਲੇ ਪਾਸੇ ਹੈ, ਆਹ ਕਹਿੰਦੇ ਸਰਹਾਲਾ ਰਨੂਆਂ ਦੀ ਟੀਮ ਵੱਲੋਂ, ਇਹ ਕਹਿੰਦੇ ਨਾਟ ਝੋਟ ਨੂਰਪੁਰੇ ਵਾਲਾ, ਪਰ ਦੂਸਰੇ ਪਾਸੇ ਟੱਕਰ 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 ਸਿਰੇ ਦੀ। ਆਹ ਇੱਕ ਪਾਸੇ ਲਾ ਲਾ ਕੇ ਮਾਰਦਾ, ਪਰ ਇਧਰਲੇ ਪਾਸੇ ਕਿਤੇ ਉੱਚਾ ਲੰਮਾ ਕਰਦਾ, ਉਹ ਦੀਪ ਦਵਰਜੀ ਵਾਲਾ, ਉਹ ਦੀਪ ਦਵਰਜੀ ਵਾਲਾ ਲੈ ਪੀ ਕਾਂਗੇ ਵਾਲਿਆ। ਰਾਜੂ ਯੂਕੇ ਕਹਿੰਦਾ 1000 ਦਊਗਾ ਤੇਰਾ, ਇੱਕੋ ਹੀ ਜੱਫਾ, ਇੱਕੋ ਤੇਰਾ ਲੱਖ ਵਰਗਾ, ਬਾਕੀ ਮੋੜ ਕੇ ਜੇਬ ਵਿੱਚ ਪਾਲੇ। ਰਾਜੂ ਯੂਕੇ ਭਰਾ ਕਹਿੰਦਾ ਉਧਰਲੇ ਪਾਸੇ ਨੰਬਰ ਧਾਵੀ ਦਾ ਨੰਬਰ ਰੇਡ ਦਾ, ਆ ਵੀ ਸੂਰਮੇ ਆਪਾਂ ਵੀ ਰੇਡ ਨੌਜਵਾਨ ਹੈ, ਆ ਗੁੰਦਿਆ ਪਿਆ ਸਰੀਰ ਹੈ, ਆ ਗੋਰਾ ਰੰਗ, ਆ ਨਾਬੀ ਪੱਗ, ਮੇਰਾ ਦਿਲ ਲੈ ਗਿਆ ਠੱਗ, ਮੋਖੇ ਦਾ ਸਤਰੀ ਸਵੇਰ ਲੱਗਦਾ ਹੈ, ਲੋਕੋ ਮੁੰਡਾ ਮੈਨੂੰ ਕੌਡੀ ਦਾ ਪਲੇਅਰ ਲੱਗਦਾ ਹੈ, ਚਾਰਾਂ ਵਿੱਚੋਂ ਜਗਮਾਲ ਵਾਲੀ ਵਾਲਾ ਪੂਰਾ ਹੈ, ਆ ਸਿਪਾ ਥਾਂਦੇ ਵਾਲੀ ਹੈ, ਨਾਲ ਸੁਣਦੀ ਹੈ, ਨਾਲ ਕਹਿੰਦੇ ਦੇਖਦਾ ਵੀ ਗਗਨ ਹੈ, ਪਰ ਆ ਕਹਿੰਦੇ ਪੂਰਾ ਜਗਮਾਲ ਵਾਲੀ ਦੀ ਧਰਤੀ ਦਾ ਕਰਦਾ ਸਿਰਾ। ਉਹ ਟੱਕਰ ਸਿਰੇ ਦੀ ਹੈ, ਉਹ ਦੋ ਚੋਪਰ ਭੜ ਗਏ, ਉਹ ਗੂੜੀਆਂ ਪ੍ਰੀਤਾਂ ਲਈਆਂ ਪਾ, ਜੁਦਾਈਆਂ ਝੱਲ ਨਹੀਂ ਹੋਣੀਆਂ, ਅਸੀਂ ਗੂੜੀਆਂ ਪ੍ਰੀਤਾਂ ਲਈਆਂ ਪਾ। ਆਂਬਾ ਸੁਰ ਸਿੰਘ ਦੀ ਧਰਤੀ ਦਾ ਹੈ, ਉਹ ਮੇਰੇ ਪੰਜਾਬੀ ਵੀਰੋ 6 ਟਰੈਕਟਰ ਦਿੱਤੇ ਹੈ, ਉਹ 20 ਮੋਟਰਸਾਈਕਲ ਦਿੱਤੇ ਹੈ, 4 ਬੁਲਟ ਦਿੱਤੇ ਹੈ। ਉਹ ਆਂਬਾ ਬਹਾਦਰ ਬਾਬਾ ਬਿਧੀ ਚੰਦੀ ਪਾਵਨ ਪਵਿੱਤਰ ਧਰਤੀ ਦਾ, ਪਰ ਕਹਿੰਦੇ ਸੀਸੇ ਵਾਲੀ ਹੈ, ਇਹ ਸੀਸੇ ਵਾਲੀ ਹੈ। ਉਹ ਮੁੰਡਾ ਕਹਿੰਦੇ ਦੁਆਬੇ ਵਾਲਾ ਪਿੰਡੂ ਸੀਸੇ ਵਾਲੀ ਹੈ, ਵਾਹਿਗੁਰੂ ਸੀਸੇ ਵਾਲੀ ਦਾ ਪਿੰਡੂ। ਉਹ ਮੇਰੇ ਪੰਜਾਬੀ ਵੀਰੋ ਆਂਬਾ ਅੰਬਾ ਤੇ ਪਿੰਡੂ, ਉਹ ਉੱਠੋ ਗੱਭਰੂ ਹੈ ਨੰਬਰ ਕਹਿੰਦੇ ਅੰਬੇ ਦਾ, ਉਹ ਹਰਜੋਤ ਭੰਡਾਲ ਆ ਗਿਆ। ਲਓ ਹਰਜੋਤ ਭੰਡਾਲ ਦੀ ਰੇਡਾ ਮੇਰੇ ਵੀਰੋ। ਹੈਲੋ ਹੈਲੋ, ਜਿਹੜਾ ਨਾਟ ਝੋਟਿਆ ਦਾ ਨੰਬਰ ਸੀ ਨਾ, ਉਹ ਜਾਫੀ ਦਾ ਨੰਬਰ ਜੇ। ਲਓ ਜਿਹੜਾ ਨਾਟ ਝੋਟ ਦਾ ਨੰਬਰ ਸੀ ਉਹ ਜਾਫੀ ਦਾ ਨੰਬਰ ਆ। ਦੀਪ ਆ ਮੇਰਾ ਵੀਰ ਯੂਕੇ ਵਾਲੇ ਕਹਿੰਦੇ ਤੇਰੀਆਂ ਇੱਕੋ ਹੀ ਰੇਡ 3000 ਦੀ, ਆ ਜਾ ਮੇਰਾ ਵੀਰ, 3 ਰੇਡਾਂ ਕਬੱਡੀ ਪਾ ਰਿਹਾ। ਮਣੀ ਦਿਆਲਪੁਰੀ ਹੈ, ਆ ਬੂਟਾ ਅੰਨਦਾਨੇ ਵਾਲਾ ਹੈ, ਕਾਂਗੇ ਵਾਲਾ ਗੁਰਵਿੰਦਰ ਸਿੰਘ ਹੈ, ਨਾਲ ਸਿੱਚੇ ਵਾਲੀ ਹੈ ਪਿੰਦੂ ਹੈ, ਆ ਚਾਰਾਂ ਜਾਫੀ ਵਿੱਚੋਂ ਅੰਨਦਾਨੇ। ਸੂਰਮੇ ਨੰਬਰ, ਨੰਬਰ ਕਿਹੜੇ ਪਾਸੇ ਜੀ, ਨੰਬਰ ਦੱਸੋ।
ਰੀਪਲੇ ਦੀ ਮੰਗ ਕੀਤੀ ਜਾ ਰਹੀ ਹੈ। ਰੀਪਲੇ ਦੀ ਮੰਗ ਹੈ ਜੀ, ਇਸ ਪੁਆਇੰਟ ਨੂੰ ਹੋਲਡ ਕਰ ਲਿਓ। ਰੀਪਲੇ ਮੰਗਿਆ ਗਿਆ ਇਸ ਨੰਬਰ ਦਾ, ਰੀਪਲੇ ਹੈ ਜੀ। ਕੋਈ ਗੱਲ ਨੀ, ਪਿਆਰ ਨਾ ਪਿਆਰ ਨਾ। ਤਰਲੋਚਨ ਗਿੱਲ ਵੱਲੋਂ ਤਿੰਨ ਰੇਡਾਂ ਦੀਪ ਦਬੁਰ ਜੀ ਦੀਆਂ 5000 ਦੀਆਂ ਪੈਣਗੀਆਂ। ਤੋਚੀ ਗਿੱਲ ਯੂਕੇ ਵਾਲਾ ਕਹਿੰਦਾ, ਇੰਗਲੈਂਡ ਵਾਲਾ ਕਹਿੰਦਾ ਵੀ ਦੀਪ ਦਬੁਰ ਜੀ ਦੀਆਂ ਤਿੰਨ ਰੇਡਾਂ 5000 ਦੀਆਂ। ਰਾਜੂ ਵੱਲੋਂ, ਰਾਜੂ ਯੂਕੇ ਕਹਿੰਦਾ 3000 ਦੀਆਂ ਦੋ ਗਈਆਂ ਨੇ। ਹੈਲੋ, 2000 ਦੀਆਂ ਦੀਪ ਦੀਆਂ ਤਿੰਨ ਰੇਡਾਂ। ਹੈਲੋ ਵਿੱਤੀ, ਇੱਕ ਮਿੰਟ। ਹੈਲੋ ਅੰਪਾਇਰ ਸਾਹਿਬ, ਬਾਈ ਗਰਾਊਂਡ ਕਲੀਅਰ ਕਰ ਦਈਏ। ਬਾਈ ਸਾਬੀ ਬਾਈ ਕਹਿੰਦਾ ਇਤਨਾ ਜ਼ਿਆਦਾ ਕੰਮ ਜਿਹਾ ਗੜਬੜ ਜਿਹਾ ਹੋ ਗਿਆ, ਗਰਾਊਂਡ ਕਲੀਅਰ ਕਰ ਦਈਏ। ਆਪਾਂ ਮੈਚ ਬੋਲੀਏ, ਜਿਹੜੇ ਪੈਸੇ ਉਹ ਘੱਟ ਲਾਈਏ। ਮੇਰੀ ਸੁਣੋ ਜੀ, ਤਰਲੋਚਨ ਗਿੱਲ ਵੱਲੋਂ 5000, ਰਾਜੂ ਯੂਕੇ ਵੱਲੋਂ 6000 ਹੋ ਗਿਆ ਜੀ, ਤੇ 2000 ਰਾਜੂ ਯੂਕੇ, 8000 ਹੋ ਗਿਆ ਜੀ ਦੀਪ ਦੀਆਂ ਤਿੰਨ ਰੇਡਾਂ ਤੇ ਪੈਸੇ ਦਾ। ਯਾਰ ਤੇ ਇਸ ਲਈ ਪਾਸੇ ਸ਼ਹਿਨਸ਼ਾਹ ਵੀਰ ਸਾਡਾ ਕਹਿੰਦਾ 1000 ਮੇਰੇ ਲੋ। ਹੈਲੋ ਹੈਲੋ, ਇੱਕ ਬੇਨਤੀ ਆ ਸਾਰੇ ਪਲੇਅਰਾਂ ਨੂੰ, ਦੇਖੋ ਤੁਸੀਂ ਖੇਡ ਰਹੇ ਹੋ, ਅੰਪਾਇਰ ਤੁਹਾਡੇ ਨਾਲ ਹਰਤਾ ਖੜੇ ਨੇ, ਜੇ ਕਿਤੇ ਤੁਹਾਨੂੰ ਕੋਈ ਲੱਗਦਾ ਸ਼ੱਕ ਆ ਆਪਾਂ ਹੋਲਡ ਕਰਾ ਸਕਦੇ ਹਾਂ। ਗੇਮ ਨੂੰ ਸੇਵਟ ਟਾਈਮ ਆ ਰਿਹਾ, ਸਮਝਾਈ ਨਾ ਕੀਤੀ ਜਾਵੇ, ਬਹਿਸ ਬਸਾਈ ਨਾ ਕੀਤੀ ਜਾਵੇ, ਮੈਚ ਜਿਹੜਾ ਵਾ ਕੰਟੀਨਿਊ ਚਾਲੂ ਰੱਖਿਆ ਜਾਵੇ। ਪਿਆਰ ਨਾ ਪਿਆਰ ਪਿਆਰ ਨਾ ਪਿਆਰ ਦੇ ਮੈਚ ਚਾਲੂ ਰੱਖਿਆ ਜਾਵੇ। ਗਿੱਲ ਸੇਵ ਟਾਈਮ ਵਾਲੇ ਸਾਡੇ ਤਰਲੋਚਨ ਗਿੱਲ ਹੋਣਾ ਦੇ ਪਰ ਮਿੱਤਰ ਨੇ ਖੱਬੀਆਂ ਸੱਜੀਆਂ ਬਾਹਾਂ ਸਾਰੀਆਂ ਪੁੱਜੀਆਂ ਹੋਈਆਂ ਕਿ ਪਹਿਲੀ ਵਾਰੀ ਟੱਕਰਿਆ ਕੋਈ ਬਰੋਬਰ ਦਾ, ਹੁਣ ਜ਼ੋਰ ਪਰਖਿਆ ਜਾਣਾ ਮਿੱਤਰੋ ਚੋਪਰ ਦਾ, ਹੁਣ ਜ਼ੋਰ ਪਰਖਿਆ ਜਾਣਾ ਮਿੱਤਰੋ ਚੋਪਰ ਦਾ। ਉਧਰ ਜਰਮਨਜੀਤ ਜੀ ਯੂਕੇ, ਮੈਚ ਪਿੰਕ ਬਾਲ ਜੀ ਚਾਲੂ ਕੀਤਾ ਜਾਵੇ, ਕੋਈ ਮੈਚ ਨਾ ਰੋਕਿਆ ਜਾਵੇ। ਆਹ ਥਿੰਦ ਪ੍ਰਧਾਨ ਖੜੇ ਨਾਲੇ ਮੈਂਬਰਾਂ ਤੇ ਕਮੇਟੀ, ਮੈਚ ਨਾ ਰੋਕਿਆ ਜਾਵੇ, ਮੈਚ ਚਾਲੂ ਕੀਤਾ ਜਾਵੇ, ਜੇ ਰੌਲਾ ਪੈ ਜਾਵੇ ਨਾਲੇ ਕਰਨ ਫੈਸਲਾ ਛੇਤੀ। ਸਿਰਫ ਮੈਚ ਕੰਟੀਨਿਊ ਚਾਲੂ ਰੱਖੀਏ, ਬੇਨਤੀ ਆ ਉਧਰ ਜਰਮਨਜੀਤ ਯੂਕੇ, ਭਗਵੰਤ ਸਿੰਘ ਜੀ ਵਈ ਹੋਈ ਤੇ ਨਾਲ ਰਾਣਾ ਸਾਡਾ ਵੀਰਾ ਯੂਕੇ ਤੇ ਨਾਲ ਸ਼ਹਿਨਸ਼ਾਹੀ ਯੂਕੇ ਤੇ ਸਾਡੇ ਸਰਕਾਰ ਤੇ ਜੋਗ ਭਰਾ ਸਾਡਾ ਰਾਜੀਨਾਮਾ ਕਰ ਲਈਏ, ਰਾਜੀਨਾਮਾ ਕਰਨ ਨਿਬੜ ਜਾਂਦੇ ਨੇ। ਲੈ ਵੀ ਮੈਚ ਸ਼ੁਰੂ ਕਰ ਦਈਏ, ਰਣਵੀਰ ਸਿੰਘ ਜੀ, ਭੈਣੀ ਸਿੱਧਵਾ ਜੀ, ਇੱਕ ਮਿੰਟ ਜੀ, ਜਿਹੜਾ ਘਾਂਗੇ ਵਾਲਾ ਹੋਲਡ ਹੁਣ ਲਿਆ ਸੀ, ਹੁਣ ਉਹ ਨੰਬਰ ਰੇਡਰ ਦਾ ਜੀ, ਡਬਲ ਟੱਚ ਦਾ, ਜਿਹੜਾ ਗੁਰਵਿੰਦਰ ਘਾਂਗੇ ਵਾਲਾ ਦਾ ਹੁਣ ਸਟਰਗਲ ਚੱਲਿਆ ਸੀ ਨਾ, ਆਹ ਦੇਖ ਲਓ, ਆਹ ਦੇਖ ਤੁਹਾਡੇ ਸਾਹਮਣੇ ਰੀਪਲੇ, ਤੁਹਾਡੇ ਸਾਹਮਣੇ ਦੇਖੋ ਤੁਸੀਂ ਦੇਖ ਲਓ ਪਾਜੀ, ਉਧਰ ਚੱਲੀ ਹੁੰਦੀ ਹੈ ਰੀਪਲੇ, ਦੇਖ ਲਓ ਸਾਹਮਣੇ ਉਹਦਾ ਟਕਨੀਕ ਹੈਗੀ ਆ। ਸਾਰੇ ਪਲੇਅਰ ਸਾਡੇ ਰਿਸਪੈਕਟ ਦਾ, ਦੁੱਲਾ ਆਇਆ ਅਮਰੀਕਾ ਤੋਂ, ਦੁੱਲਿਆ ਪੰਜਾਬ ਦੀ ਧਰਤੀ ਤੇ, ਵੈਲਕਮ ਹੈ, ਇਹ ਸਾਰੇ ਪੰਜਾਬ ਦੇ ਗੱਭਰੂ ਹੈ। ਬਾਈ ਜੀ ਇੱਕ ਦੀਪ ਦੀ ਕਬੱਡੀ ਤੇ 1000 ਰੁਪਇਆ ਲੱਗਾ ਸੀ, ਭੁੱਲਰ ਸਾਹਿਬ ਇਹ ਵੀਰ ਲੈਣ ਆਇਆ ਦੀਪ ਦੀ ਇੱਕੋ ਕਬੱਡੀ ਤੇ 1000 ਰੁਪਇਆ, 1500 ਰੁਪਇਆ ਭਾਜੀ, ਉਹ ਰੇਡਾਂ ਨਹੀਂ ਪੂਰੀ ਹੋਈ ਮੇਰੇ ਖਿਆਲ, ਉਹ ਲੱਗਾ ਸ਼ਹਿਨਸ਼ਾਹ ਨਾਲ ਲੱਗਾ। ਤਰਲੋਚਨ ਭਾਜੀ ਅੱਜ ਹੋਰ ਕਿੱਧਰ ਨੂੰ ਜਾਂਦੇ ਆ, ਇੱਕ ਇੱਕ ਨੰਬਰ ਇਹਨਾਂ ਨੂੰ ਜਿਤਾਉਣਗੇ, ਇੱਕ ਇੱਕ ਨੰਬਰ ਆਪਾਂ ਮੰਨਣ ਦੇ। ਵੇਖੋ ਤੁਸੀਂ ਪਲੇਅਰ ਹੋ, ਤੁਸੀਂ ਪਲੇਅਰ ਹੋ, ਡੇਲੀ ਰੋਜ਼ ਖੇਡਦੇ ਹੋ, ਹੁਣ ਵੱਡੀ ਸਕਰੀਨ ਤੇ ਤੁਹਾਡੇ ਸਾਹਮਣੇ ਸਭ ਕੁਝ ਆ ਗਿਆ,
ਸਾਰੀਆਂ ਟੀਮਾਂ ਆਪਣੀਆਂ ਆਪਾਂ ਅਜੇ ਵੀ ਨਾ ਮੰਨੀਆਂ ਤਾਂ ਗੱਲ ਸਹੀ ਨਹੀਂ ਆ ਸਾਰੀਆਂ ਟੀਮਾਂ ਆਪਣੀਆਂ ਲੱਜਲੇ ਪਾਸੇ ਅਸੀਂ ਤੁਹਾਨੂੰ ਅੱਗੇ ਵੀ ਇਹ ਬੇਨਤੀ ਕੀਤੀ ਸੀ ਕਿ ਤੁਹਾਡੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਸਫਲ ਹੋਣਾ ਇਹ ਤੁਸੀਂ ਖੁਦ ਦੇਖ ਸਕਦੇ ਹੋ ਆ ਦੇਖੋ ਕਿੱਥੇ ਟੱਚ ਲੱਗ ਰਿਹਾ ਪਿਛਲੇ ਪਾਸੇ ਆ ਵੇਖੋ ਇਹ ਵੇਖੋ ਇਹ ਆ ਟੱਚ ਆ ਪਿੱਛੋਂ ਹੱਥ ਲੱਗਾ ਇੱਕ ਜਣਾ ਉੱਥੇ ਚਲੋ ਜੀ ਪਿਛਲੇ ਪੈਸੇ ਲਾਉਣੇ ਗਰਾਊਂਡ ਤੋਂ ਬਾਹਰ ਆ ਬਾਈ ਹਰਦੀਪ ਕੋਈ ਰੌਲਾ ਨਹੀਂ ਪਾਉਣ ਡਿਆ ਹਲੋ ਰੈਫਰੀ ਪਹਿਲਾਂ ਉਧਰ ਹੱਥ ਕਰੀ ਜਾਂਦਾ ਫੇਰ ਇਧਰ ਕਰੀ ਜਾਂਦਾ ਲਓ ਜੀ ਇਧਰਲੇ ਪਾਸੇ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਨੇ ਨਹੀਂ ਨਹੀਂ ਕੋਈ ਨਾ ਦਸੂਹਾ ਮੇਰਾ ਭਰਾ ਪਿਆਰ ਸਾਡੇ ਦਰਬਾਰੀ ਡਾਕਟਰ ਭਜਨ ਧਾਰੀਵਾਲ ਦੇ ਨਾਲ ਬਹੁਤ ਪਿਆਰ ਹੈ ਮੈਂ ਚੱਲ ਹਰਦੀਪ ਹਾਂ ਬੇ ਵੀਰ ਪਲੀਜ਼ ਇੱਕ ਮੇਰੀ ਬੇਨਤੀ ਆ ਜਿੰਨੇ ਰੈਫਰੀ ਆ ਸਾਰੇ ਗਰਾਊਂਡ ਚ ਆ ਜਾਓ ਯਾਰ ਮੈਚ ਬੜਾ ਤਕੜਾ ਸੋ ਪਲੀਜ਼ ਬੇਨਤੀ ਆ ਜਿੰਨੇ ਰੈਫਰੀ ਸਾਰੇ ਆ ਜਾਓ ਲਾਈਨਮੈਨ ਤੇ ਲੱਗ ਜਾਓ ਯਾਰ ਤਾਂ ਕਿ ਕੋਈ ਫੈਸਲਾ ਜਿਹੜਾ ਤੁਸੀਂ ਆਪਦਾ ਸੋਚ ਸਮਝ ਕੇ ਕਿਉਂਕਿ ਸੀਨੀਅਰ ਸਾਰੇ ਆ ਮੈਚ ਬੜਾ ਤਕੜਾ ਇਧਰ ਕੀਵੀ ਯੂਕੇ ਤੇ ਹਰਸ਼ ਯੂਕੇ ਪਵਨ ਭੁੱਲਰ ਹਸਨ ਕੰਗ ਤੇ ਸ਼ਾਨ ਯੂਕੇ ਵੱਲੋਂ 1000 ਰੁਪਿਆ ਦੀਪ ਦਵਰਜੀ ਦੀਆਂ ਜਿਹੜੀਆਂ ਰੇਡਾਂ ਤੇ ਲੱਗਾ ਹੋਇਆ ਪਲੀਜ਼ ਇੱਕ ਬੇਨਤੀ ਆ ਰਿਕੁਐਸਟ ਆ ਜਿੰਨੇ ਅਫੀਸ਼ੀਅਲ ਕੀਤੇ ਆ ਸਾਰੇ ਆ ਜਾਓ ਸਾਰੇ ਮੈਚ ਬਹੁਤ ਤਕੜਾ ਸਾਰੀਆਂ ਟੀਮਾਂ ਸਾਡੇ ਸਤਿਕਾਰਯੋਗ ਹੈ ਵੇਖੋ ਤੁਲਾ ਕਿੰਨੀ ਦੂਰੋਂ ਚੱਲ ਕੇ ਆਇਆ ਇਹਨਾਂ ਮਗਰ ਲੋਕ ਲੱਖਾਂ ਰੁਪਈਆ ਚੱਕੀ ਫਿਰਦੇ ਆ ਲੱਖਾਂ ਰੁਪਈਆ ਸੋ ਪਲੀਜ਼ ਇਹ ਅੰਬੇ ਵਰਗੇ ਵੀ ਸਾਡੇ ਆ ਇਹਨਾਂ ਮਗਰ ਲੱਖਾਂ ਰੁਪਈਆ ਇੱਕ ਇੱਕ ਨੰਬਰ ਇੱਕ ਮਿੰਟ ਜੀ ਇੱਕ ਇੱਕ ਨੰਬਰ ਦੋਨਾਂ ਟੀਮਾਂ ਲਈ ਜ਼ਰੂਰੀ ਆ ਸੋ ਆਪਾਂ ਸੱਚ ਤੇ ਚੱਲਣਾ ਤੇ ਕਿਰਪਾ ਕਰਕੇ ਸਾਰੇ ਜਿਨ੍ਹਾਂ ਦੀ ਡਿਊਟੀ ਨੇ ਗਰਾਊਂਡ ਚੋਂ ਬਾਹਰ ਹੋ ਜਾਓ ਜੀ ਜਿਹੜੇ ਖਿਡਾਰੀ ਐਕਸ਼ਨ ਜੀ ਪਿੱਛੇ ਬਹਿ ਜਾਓ ਪਲੀਜ਼ ਬੇਨਤੀ ਆ ਤਾਂ ਕਿ ਕੱਲਾ ਸੀ ਪਾਸੇ ਹੋ ਕੇ ਕਮੈਂਟਰੀ ਕਰਦੇ ਆ ਗਰਾਊਂਡ ਬਿਲਕੁਲ ਕਲੀਅਰ ਰੱਖ ਦਿਓ ਠੀਕ ਹੈ ਜੀ ਸਾਰੇ ਰੈਫਰੀ ਆ ਜਾਓ ਮੈਚ ਬੜਾ ਫਸਿਆ ਪਿਆ ਹੈ ਕਿਉਂਕਿ ਦੋਨੋਂ ਟੀਮਾਂ ਦੇ ਵਿੱਚ ਇਹ ਜਿਹੜੀ ਟੀਮ ਜਿੱਤ ਗਈ ਉਹਨੇ ਫਾਈਨਲ 'ਚ ਪਹੁੰਚ ਜਾਣਾ ਸੋ ਵੱਡੇ ਬਜਟ ਦੀਆਂ ਟੀਮਾਂ ਸੋ ਪਲੀਜ਼ ਬੇਨਤੀ ਪ੍ਰਵਾਨ ਕਰੋ ਇਸ ਤਾਂ ਬੇਨਤੀ ਕਰ ਸਕਦੇ ਆ ਪਲੀਜ਼ ਬੇਨਤੀ ਹੈ ਜਿਨ੍ਹਾਂ ਦੀ ਡਿਊਟੀ ਨੇ ਗਰਾਊਂਡ ਕਲੀਅਰ ਕਰ ਦਿਓ ਕੋਈ ਗੱਲ ਨਹੀਂ ਮੈਸਟ ਜਿਹੜੀ ਆ ਥੋੜੀ ਮਿਸਟੇਕ ਹੋ ਜਾਂਦੀ ਆ ਕਈ ਵਾਰ ਕੋਈ ਚੱਕਰ ਨਹੀਂ ਹੈ ਪਿਆਰ ਨਾਲ ਜੋ ਗੱਲਬਾਤ ਹੁੰਦੀ ਆ ਉਹ ਪਿਆਰ ਦੇ ਨਾਲ ਹੀ ਹੋ ਜਾਂਦੀ ਹੈ ਸੋ ਪਲੀਜ਼ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿਓ ਜੀ ਪਲੀਜ਼ ਗਰਾਊਂਡ ਜਿਨ੍ਹਾਂ ਦੀ ਡਿਊਟੀ ਨੇ ਗਰਾਊਂਡ ਕਲੀਅਰ ਕਰ ਦਿਓ ਜੀ ਬੇਨਤੀ ਹੈ ਭਾਜੀ ਤੁਸੀਂ ਵੀ ਇੱਧਰ ਆ ਜਾਓ ਕਈ ਵਾਰ ਪਲੇਅਰ ਵਿੱਚ ਵੱਜ ਜਾਂਦਾ ਮੇਰੇ 'ਚ ਵੀ ਅੱਗੇ ਵੱਜ ਗਏ ਸੀਗੇ ਪਾਸੇ ਖੜੇ ਦੇ ਸੋ ਇਸ ਕਰਕੇ ਆਪਾਂ ਬਾਹਰ ਆ ਜਾਈਏ ਮੈਂ ਵੀ ਪਾਸੇ ਆ ਗਿਆ ਆਓ ਸਾਹਮਣੇ ਕਬੱਡੀ ਆਓ ਕਹਿੰਦੇ ਛੋਟਾ ਨਾਟ ਆਓ ਕਹਿੰਦੇ ਨੂਰਪੁਰੇ ਵਾਲਾ ਮੈਦਾਨ ਦੇ ਵਿੱਚ ਵਧੇ ਹੋਇਆ ਆਓ ਸੋਨੀ ਕਹਿੰਦੇ ਤਿਆਰ ਹੈ ਨਾਲ ਖਾਂਦੇ ਵਾਲੀ ਸੀਪਾ ਆਓ ਗਗਨ ਸੂਰੇ ਵਾਲੀ ਹੈ ਆਓ ਛੋਟਾ ਨਾਟ ਪਰ ਕਹਿੰਦੇ ਇਹ ਪੂਰਾ ਜਗਮਾਲ ਵਾਲੀ ਦੀ ਧਰਤੀ ਦਾ ਲਾ ਤਕੜਾ ਦਫਾ ਹੈ ਨੰਬਰ ਜੋੜ ਚੁੱਕਿਆ ਆਪਣੀ ਟੀਮ ਲਈ ਔਰ ਰਵੀ ਪੁਰਜ ਲਿੱਟਾ ਵਾਲਾ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਘਾਂਗੇ ਵਾਲਾ ਗੁਰਵਿੰਦਰ ਹੈ ਮਣੀ ਦਿਆਲਪੁਰੀ ਹੈ ਬਿੰਦੂ ਸੀਚੇ ਵਾਲੀ ਹੈ ਬੂਟਾ ਨਦਾਣੇ ਵਾਲਾ ਹੈ ਉਧਰ ਤਰਲੋਚਨ ਗਿੱਲ ਜੀ ਪੁੱਜ ਹੋਇਆ ਹੈ ਰਮਨ ਕਹਿੰਦੇ ਸਾਡਾ ਵੀਰ ਲਿਦਰਾ ਵਾਲਾ ਨਾਲ ਕਹਿੰਦੇ ਉਧਰ ਤਾਰੀ ਗੁਰਦਾਸਪੁਰੀ ਹੈ ਯੂਕੇ ਵਾਲੇ ਸ਼ੀਰੇ ਛੱਪੀਪੁਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪਰ ਇਧਰ ਬੂਟਾ ਨਦਾਣੇ ਵਾਲਾ ਹੈ ਕੋਸ਼ਿਸ਼ ਕਰ ਰਿਹਾ ਹੈ ਨੰਬਰ ਜਨਤਾ ਵਾਲਾ ਰਵੀ ਜੋੜਦਾ ਹੋਇਆ ਰਵੀ ਕਰੀ ਸਰਤ ਮੰਡਿਆ ਲੋ ਇਧਰਲੇ ਪਾਸੇ ਭਰਾ ਕਹਿੰਦੇ ਕਿ ਦੀਪ ਦੀਆਂ ਜਿਹੜੀਆਂ ਤਿੰਨਾਂ ਕਬੱਡੀਆਂ ਤੇ
8000 ਰੁਪਇਆ ਲੱਗਾ। ਸੋ ਆਪੇ ਹੀ ਭਰਾ ਦੇ ਦਿਓ ਬੇਨਤੀ, ਕਿਉਂਕਿ ਆਪਾਂ ਨੂੰ ਬਾਰ ਬਾਰ ਪੁੱਛਦੇ ਭਰਾ, ਆਪ ਹੀ ਤੁਸੀਂ ਦੇਣੇ ਆ। ਲਓ ਇਧਰਲੇ ਪਾਸੇ ਆਹ ਖੇਡ ਗਰਾਊਂਡ ਦੇ ਵਿੱਚ ਆਹ ਮੁੰਡਾ ਕਹਿੰਦੇ ਇੰਗਲੈਂਡ ਖੇਡਿਆ ਤੇ ਇੰਗਲੈਂਡ ਖੇਡਿਆ, ਐਨ ਕਹਿੰਦੇ ਮੁੰਡੇ ਨੇ ਉੱਥੇ ਵੀ ਬੈਜਾ ਬੈਜਾ ਕਰਾਈਆ। ਲਓ ਇਧਰਲੇ ਪਾਸੇ ਕਹਿੰਦੇ 8000 ਵਾਲੀ ਆਹ ਟੀਮ ਦੀ ਆਹ ਕਬੱਡੀ ਪੈ ਗਈ ਆ ਮੇਰੇ ਵੀਰੇ। ਤਰਲੋਚਨ ਸਿੰਘ ਤੋਚੀ ਗਿੱਲ ਯੂਕੇ ਵੱਲੋਂ ਅੱਧੇ ਹਜ਼ਾਰ ਨੰਬਰ ਜਾਫੀ ਦਾ ਨੰਬਰ ਕਹਿੰਦੇ ਤਰਲੋਚਨ ਗਿੱਲ ਭਾਜੀ ਲਿਆਓ ਫਿਰ, ਕਹਿੰਦੇ ਯੂਕੇ ਵਾਲੇ ਪਾਉਂਡ ਰਾਜੂ ਭਾਜੀ ਲਿਆਓ ਕਰਾ। ਮੈਨੂੰ ਲੱਗਦਾ ਵੀ 80-90 ਬਣਨੇ ਆ, ਜੇ 100 ਹੁੰਦਾ ਤੇ 10000 ਬਣ ਜਾਣਾ ਸੀਗਾ। ਆਹ ਸਾਹਮਣੇ ਹਰਜੋਤ ਭੰਡਾਲ ਵਾਲਾ ਆ ਵੀ ਕਬੱਡੀ ਦਾ ਮੱਚਦਾ ਗਿਆਰ ਹੈ, ਪਰ ਪੂਰਾ ਜਗਮਾਲ ਵਾਲੀ ਦਾ ਕੋਸ਼ਿਸ਼ ਕਰ ਰਿਹਾ। ਨੰਬਰ ਹਰਜੋਤ ਆ, ਮਾਇਆ ਉੱਥੋਂ ਫੜ ਲਓ ਜਿਹੜੀ ਦੀਪ ਨੂੰ ਦਿਖਾ ਲੱਗਿਆ। ਕਹਿੰਦੇ ਅੰਬਾ ਆ ਗਿਆ ਸੁਰ ਸਿੰਘ ਦੀ ਧਰਤੀ ਦਾ ਮੇਰੇ ਵੀਰੋ। ਇਹ ਕਹਿੰਦੇ ਟਰੈਕਟਰ ਜਿੱਤਦਾ, ਇਹ ਕਹਿੰਦੇ ਬੁੱਢ ਜਿੱਤਦਾ, ਇਹ ਕਹਿੰਦੇ ਮੋਟਰਸਾਈਕਲ ਜਿੱਤਦਾ, ਇਹ ਕਹਿੰਦੇ ਬਾਜੂ ਭਲਵਾਨ ਦਾ ਚੇਲਾ ਮੇਰੇ ਵੀਰੋ। ਖੇਡ ਗਰਾਊਂਡ ਦੇ ਵਿੱਚ ਬੱਲੇ ਬੱਲੇ ਕਰਾ ਗਿਆ। ਉੱਧਰ ਰਮਨ ਭੈਣੀ ਸਿੱਧਵਾਂ ਦੀ ਧਰਤੀ ਆ ਭਰਾ, ਲੋ ਕਹਿੰਦੇ ਉਹ ਟਰੈਕਟਰ ਦਿੱਤਾ ਗਿਆ, ਉਹ ਭਰਾ ਲਾਈਵ ਜੁੜਿਆ ਇੱਧਰ ਨਾਟ ਝੋਟ ਖੇਡ ਗਰਾਊਂਡ ਦੇ ਵਿੱਚ ਰੇਡ ਪਾਉਣ ਰੋਕੇ ਬੱਲਿਆ। ਦੀਨੇਵਾਲ ਦੀ ਧਰਤੀ ਆ ਅੱਜ ਰੌਣਕ ਲੱਗੀ ਹੋਈ ਆ, ਪਰ ਇੱਧਰਲੇ ਪਾਸੇ ਕਹਿੰਦੇ ਉਹ ਨਾਟ ਝੋਟ ਤਕੜਾ ਨੰਬਰ ਜੋੜ ਗਿਆ, ਨਾਟ ਝੋੜ ਤਕੜਾ ਨੰਬਰ ਜੋੜ ਗਿਆ। ਐਨ ਆਰ ਆਈ ਵੀਰ ਕਹਿੰਦੇ ਵੀ ਸਮੁੱਚੇ ਨਗਰ ਪਿੰਡ ਦੀਨੇਵਾਲ ਦਾ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ। ਸਮੁੱਚੇ ਨਗਰ ਨੇ ਮੇਰੇ ਵੀਰੋ ਰੋਲ ਅਦਾ ਕੀਤਾ ਹੈ। ਉਹ ਕਾਂਗਿਆ ਗੁਰਵਿੰਦਰ ਤੇ ਨਿੱਕਾ ਨਦੋਰੀਆ, ਉਹ ਕਾਂਗਿਆ ਵਾਲਾ ਹਰਛ ਗਿਆ, ਕਾਂਗਿਆ ਵਾਲਾ ਬਾਪੂ ਚੰਨਣ ਸਿੰਘ ਦਾ ਪੋਤਾ ਤਗੜਾ ਨੰਬਰ ਆਪਣੀ ਟੀਮ ਨੇ ਜੋੜ ਗਿਆ। ਆਹ ਸਾਹਮਣੇ ਕਬੱਡੀ ਮੈਦਾਨ ਦੇ ਵਿੱਚ ਪਈ ਹੋਈ ਹੈ। ਆਹ ਸਰਾਲਾ ਰਣੂਆ ਦੀ ਟੀਮ ਵੱਲੋਂ ਹੁਣ ਚਾਰ ਜਾਫੀ ਤਿਆਰ ਪੁਰ ਤਿਆਰ ਹੈ। ਇੱਕ ਪਾਸੇ ਵੇਖਦਾ ਬਈ ਕਬੱਡੀ ਸਰਾਲਾ ਰਣੂਆ ਵੱਲੋਂ ਨੌਜਵਾਨ ਪਾਉਣ ਦੇ ਵਾਸਤੇ ਸੋਨੇ ਫਕਰ ਝੰਡੇ ਵਾਲਾ ਟੀਮ ਆ ਗਿਆ ਟੀਮ ਦੀ ਕਬੱਡੀ ਆ ਕਾਂਗੇ ਵਾਲਿਆ, ਉਹ ਲਾ ਕੋਈ ਤਕੜਾ ਜਫਾ ਉਹ ਦੀਪ ਆ ਗਿਆ। ਕਹਿੰਦੇ ਖਿਡਾਰੀ ਵਧੀਆ ਆਇਆ, ਉਹ ਚੱਕ ਤਾਂ ਰਹਿਣੀ ਆ ਪਰ ਨੰਬਰ ਬੂਟੇ ਰੇਡ ਪੈ ਗਈ, ਜੋੜ ਦਿੱਤਾ ਉਧਰ ਵੀ ਰੇਡ ਪੈ ਗਈ ਬਸੰਤ ਜੀ, ਉਹ ਰੇਡ ਪਾ ਕੇ ਵਾਪਸ ਆ ਗਿਆ ਉਧਰੋਂ ਏਦਾਂ ਹਰਜੋਤ ਭੰਡਾਲ ਵਾਲਾ ਕਬੱਡੀ ਪਾ ਰਿਹਾ ਹੈ। ਤਰਲੋਚਨ ਸਿੰਘ ਤੋਚੀ ਗਿੱਲ ਮੇਰੇ ਵੀਰੋ ਪੁੱਜੇ ਹੋਏ ਵਿਸ਼ੇ ਤੌਰ ਤੇ, ਰਮਨ ਭੈਣੀ ਤਾਰੀ ਗੁਰਦਾਸਪੁਰੀ ਹੈ, ਜਿੰਨੇ ਵੀ ਯੂਕੇ ਵਾਲੇ ਸਾਡੇ ਭਰਾ ਆਏ ਹੈ, ਕੈਨੇਡਾ ਵਾਲੇ ਆਏ ਹੈ, ਅਮਰੀਕਾ ਤੋਂ ਆਏ ਹੈ, ਸਾਰਿਆਂ ਦਾ ਧੰਨਵਾਦ ਹੈ। ਆਹ ਸਾਹਮਣੇ ਅੰਬਾ ਸੁਰ ਸਿੰਘ ਹੈ ਕਬੱਡੀ ਕਾਂਗੇ ਵਾਲਾ ਅੰਬਾ 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 ਕੁੰਡੀਆਂ ਦੇ ਸਿੰਘ ਫਸ ਗਿਆ ਹੈ ਨਿੱਤਰੂ ਵਰੇ ਮੇ ਖਾਣੀ। ਆਹ ਅੰਬਾ ਇੱਕ ਪਾਸੇ ਕਾਂਗੇ ਵਾਲਾ ਗੁਰਵਿੰਦਰ ਸਿੰਘ, ਆਹ
ਫਿਰੋਜ਼ਪੁਰ ਹੈ ਆਹ ਨਜ਼ਰ ਰਿਸਾ ਹੈ ਕਮਾਲ 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 ਹੁਣ ਵੇਖਦਾ ਵੀ ਅੰਬਾ ਅੰਬਾ ਤੇ ਕਾਂਗੇ ਵਾਲਾ ਸਿਰਾ ਲਾ ਗਿਆ ਦੁੱਲਿਆ ਪਾਕ ਵੱਡੀ ਨੌਜਵਾਨਾਂ ਪਰ ਕਹਿੰਦੇ ਛੋਟਾ ਨਾਟ ਆ ਗਿਆ ਹਰਦੀਪ ਕਰਦੇ ਸਿਰ ਤਾਂ ਰਾਜੂ ਵੀਰ ਵੱਲੋਂ 2000 ਤਰਲੋਚਨ ਗਿੱਲ ਤੋਚੀ ਵੱਲੋਂ 2000 ਕਾਂਗੇ ਵਾਲੇ ਦੇ ਪੁੱਜਿਆ ਆਓ ਸਾਹਮਣੇ ਗਗਨ ਸੂਰੇ ਵਾਲੀ ਹੈ ਮੋੜ ਦਾ ਬਰਾਬਰ ਦੀ ਭਾਜੀ ਪਰ ਨੰਬਰ ਨੂਰਪੁਰੇ ਚੰਡਾ ਬਲਵੀਰ ਜੋੜ ਗਿਆ ਦੀਪ ਆ ਗਿਆ ਹਰਦੀਪ ਦੀਪ ਆ ਗਿਆ ਆਓ ਸਾਹਮਣੇ ਹੁਣ ਵੇਖਦਾ ਤਵਰਜੀ ਵਾਲਾ ਆ ਮੁੰਡਾ ਵੀ ਬੜੇ ਐਕਸ਼ਨ ਕਰਦਾ ਪਰ ਕਾਂਗੇ ਵਾਲਾ ਕਹਿੰਦਾ ਮੈਨੂੰ ਛੱਡ ਦਿਓ ਪਾਸੇ ਦੀਪ ਰਨ ਵੀਰ ਜੀ ਰਮਨ ਭੈਣੀ ਨਾਲ ਤਾਰੀ ਗੁਰਦਾਸਪੁਰੀ ਹੈ ਤਰਲੋਚਨ ਸਿੰਘ ਤੋਚੀ ਯੂਕੇ ਸ਼ੀਰਾ ਛੱਬੀਪੁਰੀ ਹੈ ਯੂਕੇ ਕਬੱਡੀ ਫੈਡਰੇਸ਼ਨ ਦਾ ਅੱਜ ਦੇ ਕਬੱਡੀ ਕੱਪ ਵਾਸਤੇ ਰਾਜੂ ਵੀਰ ਬਹੁਤ ਅਹਿਮ ਰੋਲ ਹੈ ਆਓ ਸਾਹਮਣੇ ਵੇਖੋ ਜਿਹੜਾ ਹਰਜੋਤ ਭੰਡਾਲ ਵਾਲਾ ਇੱਕ ਤਕੜਾ ਨੰਬਰ ਜੋੜ ਗਿਆ ਲੋ ਇਧਰਲੇ ਪਾਸੇ ਰਣਜੀਤ ਸਿੰਘ ਜੀ ਪ੍ਰਧਾਨ ਕੁੜੀ ਬਲਾ ਵੱਲੋਂ ਸਾਡੇ ਸਵਰਗੀ ਮਲਕੀਤ ਸਿੰਘ ਸੇਠ ਦੀ ਯਾਦ ਨੂੰ ਸਮਰਪਿਤ ਤੇ ਰਾਜੂ ਤੇ ਤੋਚੀ ਗੱਲ ਕਹਿੰਦੇ ਕਾਂਗੇ ਵਾਲੇ ਦੇ 3 ਦਫੇ 6000 ਦੇ 6000 ਦੇ 3 ਦਫੇ ਪਰ ਮਣੀ ਦਿਆਲਪੁਰੀ ਆ ਬੁਰਜ ਲਿਟਾ ਵਾਲਾ ਰਵੀ ਇੱਕ ਪਾਸੇ ਰਵੀ ਹੈ ਉਹ ਮਣੀ 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 ਨੇ 8000 ਦਿੱਤੇ ਹੈ ਪਰ ਹੁਣ ਵੇਖਦਾ ਵੀ ਗੱਲ ਕਿੱਦਾਂ ਦੀ ਉਹ ਮੇਰੇ ਪੰਜਾਬੀ ਵੀਰ ਫੜਿਆ ਗੁੱਟ ਉਹ ਤੇਰਾ ਗੋਲ ਮੋਲ ਦਾ ਚਿਹਰਾ ਵਿੱਚੋਂ ਪਿਆ ਮੜੰਗਾ ਤੇਰਾ ਲੱਗਦਾ ਵੀ ਬੁਰਜ ਲਿਟਾ ਵਾਲਾ ਰਵੀ ਢੇਰੀਆਂ ਤੋਂ ਮੁੜ ਗਿਆ ਉਹ ਦੁੱਲਾ ਆ ਗਿਆ ਮੱਚਦਾ ਗਿਆ ਕਬੱਡੀ ਦਾ ਪਰ ਕਹਿੰਦੇ ਰਕੇਸ਼ ਬੋਪਰੀ ਹੈ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਉਧਰ ਤਰਲੋਚਨ ਗਿੱਲ ਜੀ ਆਏ ਹੋਏ ਹੈ ਜਰਮਨ ਵੀਰ ਆਇਆ ਹੋਇਆ ਹੈ ਭਗਵੰਤ ਰਾਜੂ ਵਰਗੇ ਆਏ ਹੋਏ ਹੈ ਸਾਰੇ ਵੀਰਾਂ ਦਾ ਧੰਨਵਾਦ ਹੈ ਤਾਰੀ ਗੁਰਦਾਸਪੁਰੀਏ ਦਾ ਰਮਨ ਭੈਣੀ ਦਾ ਆਓ ਸਾਹਮਣੇ ਵੇਖੋ ਉਹ ਟੱਕਰ 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 ਸਿਰੇ ਦੀ ਪੂਰਾ ਤੇ ਰਕੇਸ਼ ਬੋਪਰੀ ਹੈ ਹਾਂਜੀ ਬਾਜੀ ਲੋ ਇਧਰਲੇ ਪਾਸੇ ਜੋਰਾਵਰ ਸਾਡਾ ਭਰਾ ਕਿਤੇ ਦੁਬਈ ਵਾਲਾ ਸਰਵਣ ਸਾਡਾ ਵੀਰ ਤੇ ਸਾਡੇ ਬਲਜਿੰਦਰ ਸਿੰਘ ਜੀ ਤੇ ਤਸੇਮ ਸਿੰਘ ਜੀ ਸਤਿੰਦਰ ਸਿੰਘ ਜੀ ਤਖਤੂ ਚੱਕ ਇਹ ਭਰਾ ਕਹਿੰਦੇ ਆ ਕਿ ਜਿਹੜਾ ਅਗਲੀ ਵਾਰ ਦੂਜਾ ਪ੍ਰਾਈਜ਼ ਹੋਵੇਗਾ ਜਿੰਨਾ ਮਰਜ਼ੀ ਰੱਖ ਲਿਆ ਸਾਡੇ ਵੱਲੋਂ ਪਰ ਇਧਰ ਅੰਬਾ ਅੰਬਾ ਅੰਬੇ ਨੂੰ ਜੱਫਾ ਅੰਬੇ ਨੂੰ ਸਿੰਚਿਆ ਲਿਆ ਸਿਰਾ ਲਾ ਗਿਆ ਵੀਰ ਜੀ ਆ ਗਿਆ ਵੀਰ ਜੀ ਕਹਿੰਦੇ ਵੀ ਲਾਡੀ ਦੀ ਯਾਦ ਆ ਮੇਰੇ ਵੀਰੋ ਲਾਡੀ ਦੀਆਂ ਯਾਦਾਂ ਹੈ ਮੇਰੇ ਵੀਰੋ ਲਾਡੀ ਦੀ ਯਾਦ ਚ ਮਾਇਆ ਦੇ ਗੱਫੇ ਲੱਗਣੇ ਆ ਇੰਗਲੈਂਡ ਵਾਲੇ ਭਰਾ ਕਹਿੰਦੇ ਵੀ ਲਾਡੀ ਸਾਡਾ ਜ਼ਿੰਦਗੀ ਦਾ ਪਰ ਮਿੱਤਰ ਸੀਗਾ ਆਪਾਂ ਉਹਦੀ ਯਾਦ ਦੇ ਵਿੱਚ ਮੇਰੇ ਵੀਰੋ ਮਾਇਆ ਲਾਉਣੀ ਹੈ ਹਰਜੋਤ ਭੰਡਾਲ ਵਾਲਾ ਕਬੱਡੀ ਪਾ ਰਿਹਾ ਉਹ ਗਗਨ ਹੈ ਪਰ ਕਹਿੰਦੇ ਪੂਰਾ ਜਗਨਾਲ ਵਾਲੀ ਦਾ ਕੋਸ਼ਿਸ਼ ਕਰ ਰਿਹਾ ਨੰਬਰ ਧਾਵੀ ਦਾ ਹੈ ਨੰਬਰ ਹਰਜੋਤ ਭੰਡਾਲ ਦਾ ਜਿਸ ਭੰਡਾਲ ਨੇ ਕਹਿੰਦੇ ਦੇਬੇ ਨੂੰ ਜਨਮ ਦਿੱਤਾ ਜਿਸ ਭੰਡਾਲ ਨੇ ਕਹਿੰਦੇ ਸੁੱਖੇ ਨੂੰ ਜਨਮ ਦਿੱਤਾ ਉਹ ਜਿਸ ਭੰਡਾਲ ਨੇ ਰਾਣੇ ਨੂੰ ਜਨਮ ਦਿੱਤਾ ਕਾਂਗੇ ਵਾਲੇ ਦੇ 3 ਦਫੇ 6000 ਦੇ ਰਾਜੂ ਭਗਵੰਤ ਜਰਮਨ ਤੇ ਕਹਿੰਦੇ ਤੋਚੀ ਗਿੱਲ ਵੱਲੋਂ ਲਾਡੀ ਯਾਦ 6000 ਗੁਰਪ੍ਰੀਤ ਗਿੱਲ ਵੱਲੋਂ 1000 ਹੋਰ ਪੈ ਗਿਆ 7000 ਦੇ 3 ਦਫੇ ਕਾਂਗੇ ਵਾਲੇ ਗੁਰਵਿੰਦਰ ਦੇ ਪਰ ਸਾਹਮਣੇ
ਸਾਹਮਣੇ ਸਾਹਮਣੇ ਉਹ ਥਾਂਦੇ ਵਾਲੀਆਂ ਸੀਪਾਂ ਤੇ ਨਾਟ ਚੋਟ ਮਣੀ ਦਾ ਪਾ ਦਿਆ ਯੂਕੇ ਵਾਲੇ ਦਾ 8000 ਹਣੀ ਯੂਕੇ ਵੱਲੋਂ ਹਣੀ ਯੂਕੇ ਦਾ ਵੀ ਤਰਨਾ ਪਾਸੇ ਵੱਲੋਂ ਬਾਜੀ ਆਪਣੇ ਰੰਗ ਦੇ ਵਿੱਚ ਵੱਜ ਜਾਣਾ ਇਨਸਾਨਾਂ ਦਾ ਪੇੜ ਹੈ ਉਹ ਮੇਰੇ ਪੰਜਾਬੀ ਵੀਰੇ ਅੰਬਾ ਅੰਬਾ ਤੇ ਬੂਟਾ ਨਦਾਣੇ ਵਾਲਾ ਹੈ ਪਰ ਨੰਬਰ ਬਸੰਤ ਜੀ ਭਾਵੀ ਦਾ ਇਧਰ ਸ਼ੋਅ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਿ ਕਿਰਪਾ ਕਰਕੇ ਭਰਾ ਆ ਜਾਣਗੇ ਸ਼ੋਅ ਮੈਚ ਦੀਆਂ ਟੀਮਾਂ ਵਾਲੇ ਭਰਾ ਜਾਣਗੇ ਇਧਰਲੇ ਪਾਸੇ ਪੰਡਾਲਾ ਵਾਲਾ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਤਰਲੋਚਨ ਸਿੰਘ ਤੋਚੀ ਗੱਲ ਬੋਲੋ ਦੀਪ ਦਵੋਰ ਜੀ ਨੇ 1000 ਕੋਈ 10000 ਲਾ ਵੀ ਦੀਪ ਪੈਸੇ ਫੜ ਲਈ ਆ 1000 ਆ ਗਿਆ ਹਰਜੋਤ ਪੰਡਾਲ ਵਾਲਾ ਨੰਬਰ ਲੈ ਗਿਆ ਪਵਾ ਵੀ ਵੀਰ ਕਬੱਡੀ ਹਰਦੀਪ ਕਰ ਲਾ ਕੌਣ ਆ ਗਿਆ ਉਹ ਕਹਿੰਦੇ ਸੁਰ ਸਿੰਘ ਯਾ ਉਹ ਝੋਟਾ ਆ ਗਿਆ ਇਹ ਝੋਟਾ ਖਿਡਾਰੀ ਆ ਇਹ ਕਹਿੰਦੇ ਅੰਬਾਸਰ ਸਿੰਘ ਦੀ ਧਰਤੀ ਦਾ ਛੱਪੇ ਬੱਜੇ ਹੋਇਆ ਲਾਪੀ ਕਾਂਗੇ ਵਾਲਿਆ ਆਉ ਸ਼ੈਲੀ ਆਉ ਕਾਂਗੇ ਨੱਥ ਲਾਇਆ ਅੰਬਾ ਵੀ ਛਾਤੀ ਟੱਚ ਮਾਰਦਾ ਮੇਰੇ ਵੀਰੋ ਉਹ ਕਾਂਗੇ ਵਾਲੇ ਦੀ ਛਾਤੀ ਟੱਚ ਕੀਤਾ ਕਿ ਛਾਤੀ ਵਿੱਚ ਜ਼ੋਰ ਹੋਵੇ ਲੋਕੀ ਤਾਂ ਪੁੱਛਦੇ ਸਰਨਾਵਾ ਹਰਜੀਤ ਬਰਾੜ ਜਹੇ ਵਿਰਲੇ ਪੁੱਤ ਜੰਮਦੀਆਂ ਮਾਮਾ ਮੈਚ ਸਮਾਪਤ ਬੋਲੇ ਸੋ ਨਿਹਾਲ ਸਕੋਰ ਦੱਸੋ ਭਾਈ ਜੀ ਸਕੋਰ ਮੈਂ ਸਕੋਰ ਦੱਸ ਦਿਓ ਪਰਸੋਂ ਬਾਬਾ ਦੀਪ ਇੱਕ ਗੱਲ ਸੁਣਿਓ ਧਿਆਨ ਨਾਲ ਲਾਈਵ ਵਾਲਾ ਕੈਮਰਾ ਮਾਰ ਲਈ ਲਾਈਵ ਤੇ ਵੀ ਦੇਖਣਗੇ ਪਲੀਜ਼ ਮੈਂ ਜਿਹੜੀ ਆ ਗੱਲ ਕਰਨ ਲੱਗਿਆ ਬੜੀ ਕਮਾਲ ਦੀ ਕਰਨ ਲੱਗਿਆ ਕਿ ਤੁਹਾਡੇ ਪਹੂ ਵਿੰਡ ਬਾਬਾ ਦੀਪ ਸਿੰਘ ਦਾ ਪਿੰਡ ਹੈ ਜਿੱਥੇ ਉਸ ਮਹਾਨ ਯੋਧੇ ਦੀ ਯਾਦ ਦੇ ਵਿੱਚ ਜਿਹੜਾ ਆਏ ਸਾਲ ਮੇਲਾ ਲੱਗਦਾ ਤੇ ਉੱਥੇ ਨੌਜਵਾਨਾਂ ਨੇ ਸੰਤਾਂ ਦੀਆਂ ਤਸਵੀਰਾਂ ਲਾਈਆਂ ਭਿੰਡਰਾਂ ਵਾਲੇ ਸੰਤਾਂ ਦੀਆਂ ਪਰ ਉਹ ਗਲਤ ਸੀ ਦੂਸਰੇ ਉਹ ਤਸਵੀਰ ਲਾ ਰਹੇ ਸੀ ਕੱਲ ਵਿਵਾਦ ਹੋਇਆ ਮੇਰੇ ਵੀਰੋ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸੀ ਬਾਬਾ ਦੀਪ ਸਿੰਘ ਜੀ ਜਿਸ ਟਕਸਾਲ ਨੂੰ ਮੇਰੇ ਵੀਰੋ ਕਲਗੀਆਂ ਵਾਲੇ ਪਾਤਸ਼ਾਹ ਨੇ ਚਲਾਇਆ ਤੇ ਉਸ ਟਕਸਾਲ ਦੇ 14ਵੇਂ ਮੁਖੀ ਸੀ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਭਿੰਡਰਾਂ ਵਾਲੇ ਸੰਤਾਂ ਨੂੰ ਕਿੰਨੀ ਸੰਗਤ ਪਿਆਰ ਕਰਦੀ ਆ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਭਿੰਡਰਾਂ ਵਾਲੇ ਸੰਤਾਂ ਨੂੰ ਪਿਆਰ ਕਰਦੇ ਆ ਉਹ ਤਸਵੀਰਾਂ ਬਾਈ ਸਾਡੇ ਦਿਲਾਂ 'ਚ ਲੱਗੀਆਂ ਕਿੱਥੋਂ ਕਿੱਥੋਂ ਲਾਉਣਗੇ ਕਿ ਪੋਸਟਰਾਂ ਨੂੰ ਪਾੜ ਪਾੜ ਕੇ ਆਪਣਾ ਮਨ ਬਹਿ ਲਾਉਂਦੇ ਨੇ ਉਹ ਫੋਟੋ ਜੋ ਕਦੇ ਨਿਕਲਣਾ ਆਵੇ ਸੋਚ ਕੇ ਕੰਬੀ ਜਾਂਦੇ ਨੇ ਕੁਲਵੰਤ ਸਿੰਘ ਉਹਦਾ ਪਤਲਾ ਜਿਹਾ ਸਰੀਰ ਡਰਾਵੇ ਬੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਉਧਰ ਜੈਲਾ ਧੂਰ ਕੋਟੀਆ ਯੂਐਸਏ ਵਾਲਾ ਕਹਿੰਦਾ 1 ਜਨਵਰੀ ਕਹਿੰਦੇ ਸੰਗਰੂਰ ਦੇ ਵਿੱਚ ਆਰਨੇਤ ਦਾ ਖੁੱਲਾ ਖਾਣਾ ਆਰਨੇਤ ਦਾ ਖੁੱਲਾ ਖਾਣਾ ਤਰਲੋਚਨ ਸਿੰਘ ਗਿੱਲ ਤੇ ਲਾਡੀ ਯਾਦ ਚ ਕਬੀਰ ਜੀ ਆਏ ਹੈ 2000 ਮੇਰੀ ਮੁੱਠੀ ਚ ਫੜਾ ਗਿਆ ਹੈ ਬੋਲਾਂ ਦਾ ਮਾਣ ਕਰ ਗਿਆ ਬਹੁਤ ਬਹੁਤ ਧੰਨਵਾਦ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਦੇ ਰੱਖੇ ਯਾਦਾਂ ਲੱਗਦੀਆਂ ਮੈਂ ਵੀ ਨਾਟ ਜੋੜਦੇ ਜਿਹੜੇ ਜੱਫੇ ਤੇ 2000 ਰੁਪਇਆ ਲੱਗਾ ਸੀ ਜਿਹੜੇ ਭਰਾ ਨੇ ਲਾਇਆ ਕਿਰਪਾ ਕਰਕੇ ਆਪਾਂ ਪੁੱਛਦਾ ਕਰ ਦਈਏ ਸਕੋਰ ਦੱਸੋ ਜੀ ਸਕੋਰ ਹਾਂ ਤਰਲੋਚਨ ਸਿੰਘ ਤੋਚੀ ਗਿੱਲ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬੋਲਾਂ ਦਾ ਵੀਰ ਜੀ ਸਕੋਰ ਦੱਸੋ ਕਿਹੜੀ ਟੀਮ ਦੇ ਕਿੰਨੇ ਨੰਬਰ ਨੇ ਜਿਹੜੇ ਸਕੋਰ ਲਿਖ ਰਹੇ ਆ ਕਿਉਂਕਿ ਸਕਰੀਨ ਤੇ ਆ ਨਹੀਂ ਰਹੇ ਮੇਰੇ ਉਹ ਗੱਲ ਦਿਮਾਗ ਤੇ ਆ ਗਈ ਮੈਂ ਤਾਂ ਬੋਲੀ ਕਿੱਥੇ ਦੱਸੋ ਜੀ ਉਹ ਬਾਬਾ ਉਧਰ ਨੂੰ ਤੁਰਿਆ ਬਾਬਾ ਜੀ ਬਾਬਾ ਦੇ ਕਲਾਮ ਰੋਡ ਸਕੋਰ ਦੱਸਿਓ ਬਾਬਾ ਬੰਟੀ
ਜੀ 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 ਕਿਹੜੀ ਟੀਮ ਜਿੱਤ ਗਈ ਹੈ ਜੀ 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 ਨੇ ਆਪਾਂ ਨੂੰ ਕਲੀਅਰ ਤਾਂ ਦੱਸਣਾ ਪਊ ਨਾ ਸੁਰ ਸਿੰਘ ਜਿੱਤ ਰਹੀ ਹੈ ਸੁਰ ਸਿੰਘ ਜਿੱਤ ਗਈ ਨਾ ਇਸ ਮੈਚ ਚੋਂ ਸੁਰ ਸਿੰਘ ਦੀ ਟੀਮ ਜਿੱਤੂ ਰਹੀ ਹੈ ਫਾਈਨਲ 'ਚ ਪਹੁੰਚ ਗਈ ਅਗਲੀਆਂ ਆਓ ਸ਼ੋਰ ਬਸੰਤ ਜੀ ਬਸੰਤ ਜੀ ਇੱਧਰ 2000 ਰੁਪਇਆ ਕਿਸੇ ਨਾਟ ਝੋੜ ਦੀ ਰੇਟ ਤੇ ਲਾਇਆ ਸੀ ਤੇ ਉਹ ਭਰਾ ਪੁੱਛਦਾ ਕਰ ਦੇਵੇ ਕਹਿੰਦੇ ਜੱਫਾ ਲਗਾ ਲਓ ਜੀ ਉਹ ਪੁੱਛੋ ਜੀ ਕਿਹਨਾਂ ਨੇ ਲਾਇਆ ਹਾਂਜੀ ਸ਼ੋ ਮੈਚ ਵਾਲੀਆਂ ਟੀਮਾਂ ਜਾਣ ਸ਼ੋ ਮੈਚ ਦੀ ਕਮੈਂਟਰੀ ਦੇ ਵਾਸਤੇ ਸਾਡੇ ਵੀਰ ਜੀ ਆ ਜਾਣਗੇ ਹਰਜੀਤ ਤੇ ਨਾਲ ਸਾਡਾ ਵੀਰ ਵਿਸ਼ਾਲ ਦੁਦਰਾਏ ਦੋਨਾਂ ਵੀਰਾਂ ਨੂੰ ਬੇਨਤੀ ਹੈ ਵੀ ਸ਼ੋ ਮੈਚ ਦੀ ਕਮੈਂਟਰੀ ਦੇ ਵਾਸਤੇ ਉਹ ਆ ਜਾਣਗੇ ਫਿਰ ਸਾਂਝ ਪਾਉਣੇ ਆ ਲੈ ਜੀ ਉਧਰਲੇ ਪਾਸੇ 15 ਜਨਵਰੀ ਆ ਤੇ ਵਲੀਪੁਰ ਦੇ ਵਿੱਚ ਵੀ ਕਹਿੰਦੇ 4 ਆਲ ਓਪਨ ਦੀਆਂ ਚੋਟੀ ਦੀਆਂ ਕਲੱਬਾਂ ਖੇਡਣਗੀਆਂ ਹੈਪੀ ਸਾਡਾ ਵੀਰ ਸੱਦੇ ਲਾਉਂਦਾ ਸਾਡਾ ਸ਼ੇਰਾ ਵੀਰ ਤੇ ਨਾਲ ਨਿਸ਼ਾਨ ਸਾਡਾ ਭਰਾ ਤੇ ਪ੍ਰੀਤ ਭਰਾ ਕਹਿੰਦੇ ਆ 4 ਕਲੱਬਾਂ ਕਹਿੰਦੇ ਚੋਟੀ ਦੀਆਂ ਹੋਣਗੀਆਂ ਵਲੀਪੁਰ ਦੇ ਵਿੱਚ ਉਧਰ ਪੱਪੂ ਕੋਚ ਗਰਾਊਂਡ 'ਚ ਆ ਜਾ ਜੀ ਆਪਾਂ ਆ ਸ਼ੋ ਮੈਚ ਕਰਾਉਣਾ ਸਪੇਨਤੀ ਹੈ ਇਸ ਤੋਂ ਬਾਅਦ ਫਾਈਨਲ ਹੋਣਾ ਦੋਨੋਂ ਟੀਮਾਂ ਤਿਆਰ ਪਰ ਤਿਆਰ ਰਹਿਣ ਹਾਂਜੀ ਦੋਨੋਂ ਟੀਮਾਂ ਤਿਆਰ ਪਰ ਤਿਆਰ ਰਹਿਣ ਖਡੂਰ ਸਾਹਿਬ ਤੇ ਸੁਰ ਸਿੰਘ ਖਡੂਰ ਸਾਹਿਬ ਤੇ ਸੁਰ ਸਿੰਘ ਇੱਕ 27-30 ਆ ਕਹਿੰਦੇ ਮਾਣੋ ਚੱਲ ਦੀ ਧਰਤੀ ਤੇ ਕਹਿੰਦੇ ਚੋਟੀ ਦੀਆਂ ਕਲੱਬਾਂ ਦੇ ਦਰਮਿਆਨ ਵੱਡੀ ਟੱਕਰ ਆ ਖੰਨਾ ਭਰਾ ਸਾਡਾ ਸੱਦੇ ਦੇ ਰਿਹਾ ਕਹਿੰਦੇ ਸ਼ੀਲੂ ਵੀ ਆਵੇਗਾ ਬੱਗਿਆਂ ਵਾਲਾ ਕਹਿੰਦੇ ਦੁੱਲਾ ਵੀ ਆਵੇਗਾ ਗੱਲਾਂ ਕਹਿੰਦੇ ਵੱਡੀਆਂ ਕਰਾਉਣੀਆਂ ਮਾਣੋ ਚੱਲ ਦੀ ਧਰਤੀ ਤੇ ਅਗਲੇ ਮੈਚ ਦੇ ਵਾਸਤੇ ਆਓ ਜੀ ਵਾਹਿਗੁਰੂ ਸ਼ੋ ਮੈਚ ਸ਼ੁਰੂ ਹੋਣ ਜਾ ਰਿਹਾ ਵੀ ਟੀਮਾਂ ਸੋ ਟੀਮਾਂ ਹਰਦੀਪ ਕਿਹੜੀਆਂ ਕਿਹੜੀਆਂ ਨੇ ਸ਼ੋ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਨੇ ਇਸ ਤੋਂ ਬਾਅਦ ਫਾਈਨਲ ਦੀਆਂ ਟੀਮਾਂ ਜਿਹੜੀਆਂ ਬਾਬਾ ਭਾਗਦਾਸ ਜੀ ਕਬੱਡੀ ਕਲੱਬ ਮੱਲਾ ਤੇ ਤਿਮੋਵਾਲ ਦੋਵੇਂ ਟੀਮਾਂ ਆ ਜਾਣਾ ਬਈ ਇੱਕ ਵੱਡਾ ਐਲਾਨ ਹੋ ਗਿਆ ਸਾਡਾ ਗੁਰਨਾਮ ਸਿੰਘ ਜੀ ਆਲ ਲਖ ਜਲੰਧਰੀਆ ਤੇ ਮਨਜਿੰਦਰ ਸਿੰਘ ਜੀ ਆਲ ਲਖ ਜਲੰਧਰੀਆ ਧਰਮਵੀਰ ਔਲਖ ਜਲੰਧਰੀਆ ਯੂਕੇ ਦੇ ਵਿੱਚ ਰਹਿੰਦੇ ਭਰਾ ਤੇ ਮਨਜੀਤ ਸਿੰਘ ਜੀ ਔਲਖ ਜਲੰਧਰੀਆ ਨਵਜੋਤ ਸਿੰਘ ਜੀ ਔਲਖ ਜਲੰਧਰੀਆ ਤੇ ਸਾਡਾ ਮਨਰਾਜ ਸਿੰਘ ਜੀ ਔਲਖ ਜਲੰਧਰੀਆ ਤੇ